ਸੰਗਰੂਰ ਸੀਟ ਦਾ ਵੀ ਜ਼ਿਕਰ ਕਰੂੰਗਾ ਸੁਖਪਾਲ ਸਿੰਘ ਖੈਰਾ ਨੂੰ ਜਾਣ ਬੁੱਝ ਕੇ ਭੇਜਿਆ ਗਿਆ ਤਾਂ ਜੋ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਵੋਟ ਨੂੰ ਤੋੜਿਆ ਜਾ ਸਕੇ ਪਾਲ ਖੈਰਾ ਪਹਿਲਾਂ ਪਾਰਲੀਮੈਂਟ ਦੀ ਚੋਣਾਂ ਪਠੰਡੇ ਤੋਂ ਲੜਕੇ ਹਨ ਜਿੱਦਾਂ ਪਹਿਲਾਂ ਉਥੋਂ ਦਾ ਝੋਲਾ ਭਰ ਗਿਆ ਵੋਟਰਾਂ ਨਾਲ ਜਿੱਦਾਂ ਸੰਗਰੂਰ ਵਾਲੇ ਵੀ ਭਰ ਦੇਣਗੇ ਕੀ ਲੱਗਦਾ ਹੈ ਕਿ ਐਤਕੀ 19 ਸੌਖੀ ਹੋਊਗੀ ਅਕਾਲੀ ਦਲ ਨੂੰ ਇਹ ਸੀਟ ਕੱਢਣੀ ਤੇ ਇਹ ਇਹ ਕਹਿੰਦੇ ਨੇ ਵੀ ਯਾਰ ਅਸੀਂ ਤਾਂ ਐ ਸਿੱਟਾ ਦੇ ਲਿਆ ਨੋਟਾਂ ਦਾ ਤੇ ਐ ਇਕੱਠੀ ਕਰ ਲੈਂਦੀਆਂ ਵੋਟਾਂ ਦਾ ਇਹਦੇ ਕਰਕੇ ਅੱਜ ਵੀ ਉਹਨਾਂ ਨੂੰ ਇਹੀ ਸੁਖਬੀਰ ਨੂੰ ਹੈ ਕਿ ਅਸੀਂ ਨੋਟਾਂ ਨਾਲ ਜਿੱਤ ਲਾਂਗੇ ਪਰ ਮੈਨੂੰ ਲੱਗਦਾ ਹੈ ਵੀ ਹੁਣ ਨਹੀਂ ਬਠਿੰਡਾ ਦਾ ਜਿਹੜਾ ਅੱਧ ਕੁਛ ਹਿੱਸਾ ਹੈ ਉਹ ਉਧਰੋਂ ਹਰਿਆਣੇ ਦੇ ਨਾਲ ਵੀ ਲੱਗਦਾ ਹੈ ਸਰਸਾ ਨਾਲ ਉੱਥੇ ਡੇਰੇ ਦਾ ਪ੍ਰਭਾਵ ਵੀ ਮੰਨਿਆ ਜਾਂਦਾ ਹੈ ਕਿ ਲੱਗਦਾ ਹੈ ਕਿ ਉਸ ਵੋਟ ਨੂੰ ਖਿੱਚਣ ਦੇ ਲਈ ਅਕਾਲੀ ਦਲ ਜਦੋਂ ਜਹਿਦ ਕਰੂਗਾ ਕਿਹੜੇ ਜਿਹੜੇ ਮੁੱਦੇ ਬਾਦਲ ਦਲ ਨੂੰ ਉਠਾਉਣੇ ਚਾਹੀਦੇ ਨੇ ਜੇ ਸੱਚੇ ਸੀ ਉਹ ਅਠਾਤਾ ਸੀ ਰਿਆ ਕੀ ਕਾਰਨ ਹੋ ਗਿਆ ਕਿ ਸਿਆਸਤਦਾਨ ਹੁਣ ਸਿੱਖਾਂ ਨੂੰ ਭੁੱਲ ਗਏ ਹੋਰ ਪਾਸੇ ਲੱਗ ਗਏ ਨੇ ਆਪੋ ਆਪਣੇ ਆਕਾ ਨੂੰ ਖੁਸ਼ ਕਰਨ ਵਾਸਤੇ ਜਾਂ ਫਿਰ ਸਿੱਖਾਂ ਨੂੰ ਹੀ ਜਾਣ ਬੁੱਝ ਕੇ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਕਿਹੜੀ ਪਾਰਟੀ ਹੈ ਜਿਹਦਾ ਰਾਜ ਨਹੀਂ ਆਇਆ ਉਹ ਕਿਵੇਂ ਕਹਿਣਗੇ ਲੋਕਾਂ ਨੂੰ ਜਾ ਕੇ ਕਿਵੇਂ ਕਹਿਣਗੇ ਬਾਦਲ ਬਾਦਲ ਦਲ ਤੇ ਭਾਜਪਾ ਵੀ ਸਾਡੇ ਹੁੰਦੇ ਤੁਹਾਨੂੰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨਹੀਂ ਹੋਈਆਂ ਰੋਸ ਕਰਦੇ ਆ ਤੇ ਅਸੀਂ ਗੰਦਾ ਪਾਣੀ ਸੰਤ ਮਹਾਪੁਰਖਾਂ ਤੇ ਨਹੀਂ ਸਿੱਟਿਆ ਅਸੀਂ ਗੋਲੀਆਂ ਚਲਾ ਕੇ ਜੇ ਕਾਂਗਰਸ ਲਈ ਮੱਥੇ ਨੂੰ ਗੁਟਕਾ ਲਾਉਣ ਵਾਲਾ ਸਾਡਾ ਅੱਜ ਜਿਹੜਾ ਘਰ ਚੇ ਬੈਠਾ ਪਤਾ ਨਹੀਂ ਕਿੱਥੇ ਇਕੱਲੇ ਚ ਬੈਠਾ ਕਪਟਰ ਨਰੇਂਦਰ ਸਿੰਘ ਐਕਸ ਮੁੱਖ ਮੰਤਰੀ ਉਹ ਖਾਨਦਾਨੀ ਵੀ ਰਾਜਾ ਉਹ ਇਹ ਵੀ ਕਹਿੰਦਾ ਵੀ ਸਾਡੇ ਤੇ ਤਾਂ ਗੁਰੂ ਦੀ ਬਖਸ਼ਿਸ਼ ਸੀ ਪਤਾ ਨਹੀਂ ਉਹਦੀ ਸੋਚ ਕਿੱਥੇ ਜਾ ਕੇ ਬਿਨੂ ਭਗਤ ਕਰ ਗਏ ਉਹਨਾਂ ਨੇ ਵੀ ਸਾਨੂੰ ਇਨਸਾਫ਼ ਨਹੀਂ ਦਿੱਤਾ ਐਤਕੀ ਕਿੱਥੇ ਖੜੇ ਨੇ ਕੀ ਕਹਿ ਰਹੇ ਨੇ ਸਮਕਰ ਜਿਹੜੇ ਉੱਪਰ ਲੀਡਰ ਤਪੂਸੀਆਂ ਮਾਰ ਰਹੇ ਨੇ ਕਿ ਕਿਸੇ ਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਵੀ ਇਹ ਕਿਹੜਾ ਕਿਹੜੀ ਪਾਰਟੀ ਦਾ ਹੈ ਕਿਹੜੀ ਦਾ ਅੱਜ ਦੇਖਦੇ ਹੋ ਉਹ ਉਹ ਕਿਤੇ ਹੋਰ ਚਿਹਰਾ ਲੈ ਕੇ ਬੈਠਾ ਹੁੰਦਾ ਦੁੱਧ ਹੀ ਹੈ ਦੁੱਧ ਵਾਲਾ ਉਹਦੇ ਵੀ ਸਾਈਕਲ ਦੇ ਸਟੈਂਡ ਆ ਵੀ ਇਹਦਾ ਤੇ ਹੈ ਨਹੀਂ ਕਿਤੇ ਵਰਕਰ ਹੈ ਉਹ ਵੀ ਕਿਤੇ ਨਾ ਕਿਤੇ ਮਾਣ ਮਹਿਸੂਸ ਕਰਨ ਵਿੱਚ ਝਿਜਕ ਮਹਿਸੂਸ ਕਰ ਰਿਹਾ ਹੈ ਇਹ ਹਾਲਾਤਾਂ ਦੇ ਵਿੱਚ ਲੋਕ ਕੱਟੜਤਾ ਸੱਦ ਗਏ ਆਉਣ ਵਾਲੇ ਜਿਹੜੇ ਤੁਹਾਡੇ ਨਵੇਂ ਮੁੰਡੇ ਹੋ ਤੁਸੀਂ ਜਿਹੜੇ ਨਵੇਂ ਮੁੰਡਿਆਂ ਨੇ ਆਪਣੇ ਪਰਿਵਾਰਾਂ ਨੂੰ ਸਮਝਾ ਲਿਆ ਵੀ ਨਾ ਉੱਜੜੋ ਕੀ ਪੰਜਾਬ ਦੇ ਵਿੱਚ ਇਹਨਾਂ ਚੋਣਾਂ 'ਚ ਕੌਮੀ ਮੁੱਦੇ ਅਸਰ ਪਾਉਣਗੇ ਚੋਣਾਂ ਦੇ ਉੱਤੇ ਸੀਏ ਹੋ ਗਿਆ ਬੀਜਪੀ ਲੈ ਕੇ ਆਈ ਦੂਜੇ ਨੰਬਰ ਤੇ RAM ਮੰਦਿਰ ਕੋ ਲੈ ਕੇ ਆਉਂਦੇ ਆ ਉਹਦੇ ਕਰਕੇ ਸਾਡੇ ਹਵਾ ਚੱਲੇ ਨਹੀਂ ਸਕਦੀ ਫਿਰ ਇੱਥੇ ਹਰ ਭਗਤ ਹਰ ਧਰਮਕ ਸਾਰ ਤੇ ਅਸੀਂ ਮੱਥਾ ਇਕੱਠੇ ਟੇਕਦੇ ਹਾਂ ਹੁਣ ਦੇਖੋ ਜਿਵੇਂ ਸਾਡੇ ਪਟਿਆਲੇ ਕਾਲੀ ਮਾਤਾ ਜੀ ਕਾਲੀ ਮਾਤਾ ਤੇ ਤੁਸੀਂ ਦੇਖੋ ਲਾਈਨ ਲਾ ਕੇ ਦੇਖੋ ਕਿੰਨੇ ਪੱਗਾਂ ਵਾਲੇ ਹੋਣਗੇ ਦੁਖਨਵਾਨ ਸਾਹਿਬ ਤੁਸੀਂ ਦੇਖੇ ਜਾ ਕੇ ਸਾਡੇ ਹਿੰਦੂ ਭਰਾ ਕਿੰਨੇ ਹੋਣਗੇ ਪੰਜਾਬ ਗੁਰਾਂ ਦੇ ਨਾਂ ਤੇ ਬਸ ਨਾਲ ਧਰਤੀ ਹੈ ਇਹ ਇੱਥੇ ਪ੍ਰੋਬਲਮ ਨਹੀਂ ਆਉਂਦੀ ਆਪਾਂ ਨੂੰ ਸਗਾ ਮਾਣ ਮਹਿਸੂਸ ਕਰਨ ਲੱਗਦਾ ਹੁਣ ਤਾਂ ਮੇਰਾ ਵੀ ਅਲੀਕੇ ਸਿਲਾਉਣ ਦੀ ਲੋੜ ਨਹੀਂ ਹੈ ਸਰਸੇ ਵਾਲਾ ਗੁਰਮੀਤ ਰਾਮ ਰਹੀਮ ਉਹਦੇ ਤੇ ਉਹੀ ਭੰਗੀ ਦਾਸ ਨੇ ਉਹਨੇ ਬਿਆਨ ਦਿੱਤਾ ਕਿ ਕੇ ਜੀ ਇਹ ਸਾਰੀ ਸਾਜ਼ਿਸ਼ ਸਾਡੇ ਬਾਬੇ ਦੇ ਡੇਰੇ ਚ ਬਾਬੇ ਦੀ ਮੌਜੂਦਗੀ ਚ ਹਣੀਪਰੀਤ ਨੇ ਘਟਾਈ ਹਣੀਪਰੀਤ ਨੂੰ ਲਿਆ ਕੇ ਮੜਦਾ ਸੀਆਈਏ ਬਿਠਾਉਣ ਦੋ ਘੰਟੇ ਉਹ ਕਿੱਡੀ ਕ ਟੈਰਰਿਸਟ ਹੈ ਜਿਹੜੀ ਮੰਨੂਗੀ ਐਮਪੀ ਪਰਨੀਤ ਕੌਰ ਹੋ ਰਹੀ ਹੈ ਪਿਛਲੇ ਦਿਨ ਇੱਕ ਇੰਟਰਵਿਊ ਚ ਦਾਵਾ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਰਾਮ ਰਹੀਮ ਯਾਨੀ ਕਿ ਡੇਰੇ ਦੇ ਵੱਲੋਂ ਅਕਾਲੀ ਦਲ ਨੂੰ ਸਮਰਥਨ ਦਿੱਤਾ ਗਿਆ ਸੀ ਹਰ ਸਿਮਰਤ ਸੁਖਵੀਰ ਬਾਦਲ ਤੇ ਇਹਨਾਂ ਦੀ ਸਾਰੀ ਕੈਬਨਟ ਉਹਦਾ ਲੈਣ ਬਣਾ ਕੇ ਉਹ ਬਲਾਤਕਾਰੀ ਸਾਥ ਦੇ ਗਏ ਨੇ ਵੋਟਾਂ ਲੈਣ ਤੇ ਤੁਸੀਂ ਇਹ ਕਿਉਂ ਨਹੀਂ ਮੰਨਦੇ ਵੀ ਵੋਟਾਂ ਉਹ ਕਾਂਗਰਸ ਨੂੰ ਵੀ ਪਵਾਉਂਦਾ ਹੈ ਵੋਟਾਂ ਭਾਜਪਾ ਨੂੰ ਵੀ ਪਵਾਉਂਦਾ ਹੈ ਵੋਟਾਂ ਲਈ ਉਹਦੇ ਕੋਲ ਸੁਣ ਸੁਣਾ ਹੈ ਉਹ ਸੁਣ ਸੁਣੇ ਨੂੰ ਸੁਖਵੀਰ ਬਾਦਲ ਉਹ ਨਹੀਂ ਚਿੰਬੜੇ ਸੀ ਜਿਹੜੇ ਅੱਜ ਸੜਕਾਂ ਤੇ ਫਿਰਦੇ ਨੇ ਇਹਨਾਂ ਦਾ ਪਾਇਰ ਕਿਉਂ ਨਹੀਂ ਲੱਗਦੇ ਇਹਨਾਂ ਨੂੰ ਬਿਮਾਰੀ ਉਹੀ ਪਈ ਹੋਈ ਹੈ ਠੰਡਾ ਲੋਕ ਸਭਾ ਸੀਟ ਖਾਸੀ ਹੌਟ ਮੰਨੀ ਜਾ ਰਹੀ ਹੈ ਬਹੁਤ ਅਹਿਮ ਸੀਟ ਹੈ ਸਤਸ਼੍ਰੀ ਅਕਾਲ ਅਨਮੂਟ ਦੇਖ ਰਹੇ ਹਾਂ ਤੁਸੀਂ ਮੈਂ ਪ੍ਰਵਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ ਲੋਕ ਸਭਾ ਚੋਣਾਂ ਬਿਲਕੁਲ ਨਜ਼ਦੀਕ ਆ ਚੁੱਕੀਆਂ ਨੇ ਪੰਜਾਬ 'ਚ 1 ਜੂਨ ਨੂੰ VOTING ਹੋਵੇਗੀ ਤਾਂ ਇਸ ਦਰਮਿਆਨ ਪੰਜਾਬ ਦੀ ਸਿਆਸਤ ਵੀ ਭਖਤੀ ਜਾ ਰਹੀ ਹੈ ਹਰ ਕਿਸੇ ਦੇ ਜ਼ਿਹਨ ਵਿੱਚ ਇਹ ਸਵਾਲ ਹੈ ਕਿ ਕੌਣ ਬਾਜ਼ੀ ਮਾਰੇਗਾ ਕਿਹੜੀ ਪਾਰਟੀ ਨੂੰ ਕਿੰਨੀ ਅਸੀਂ ਟਾਉਣਗੀਆਂ ਆਬੋ ਹਵਾ ਕੀ ਕਹਿ ਰਹੀ ਹੈ ਪੰਜਾਬ ਦੀ ਇਸ ਬਾਰੇ ਚਰਚਾ ਕਰਾਂਗੇ ਤੇ ਚਰਚਾ ਦੇ ਲਈ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਸੁਤੰਤਰ ਤੋਂ ਸਰਦਾਰ ਪਰਮਜੀਤ ਸਿੰਘ ਸਹੋਲੀ ਮੌਜੂਦ ਨੇ ਪਰਮਜੀਤ ਸਿੰਘ ਜੀ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਕੀ ਲੱਗਦਾ ਹੈ ਐਤ ਕੀ ਕਿਸ ਪਾਰਟੀ ਦੀ ਲਹਿਰ ਹੈ ਪਿਛਲੀ ਵਾਰੀ 22 ਦੀ ਚੋਣਾਂ ਦੀ ਗੱਲ ਕਰੀ ਜਾਵੇ ਵਿਧਾਨ ਸਭਾ ਚੋਣਾਂ ਦੀ ਤਾਂ ਖੁੱਲ ਕੇ ਨਜ਼ਰ ਆ ਰਿਹਾ ਸੀ ਸੋਸ਼ਲ ਮੀਡੀਆ ਜਾਂ ਮੀਡੀਆ ਤੇ ਕਿ ਆਮ ਆਦਮੀ ਪਾਰਟੀ ਨੇ ਜ਼ੋਰ ਫੜਿਆ ਹੋਇਆ ਹੈ ਤਾਂ ਹੋਇਆ ਵੀ ਉਹ 92 ਸੀਟਾਂ ਲੈ ਕੇ ਆਮ ਆਦਮੀ ਪਾਰਟੀ ਸੱਤਾ ਤੇ ਆਈ ਤਾਂ ਹੁਣ ਐਤਕੀ ਨਾ ਤਾਂ ਆਮ ਆਦਮੀ ਪਾਰਟੀ ਦੀ ਨੇਰੀ ਚੱਲਦੀ ਨਜ਼ਰ ਆ ਰਹੀ ਹੈ ਨਾ ਕਾਂਗਰਸ ਦੀ ਨਾ ਅਕਾਲੀ ਦਲ ਦੀ ਨਾ ਭਾਜਪਾ ਦੀ ਭਾਜਪਾ ਦੀ ਤਾਂ ਹਾਲਾਂਕਿ ਵਿਰੋਧ ਵਾਲੀ ਇਹ ਨੇਰੀ ਜ਼ਰੂਰ ਝੁੱਲ ਰਹੀ ਹੈ ਕੀ ਦੇਖਦੇ ਹਾਂ ਐਤਕੀ ਕਿੱਥੇ ਖੜੇ ਨੇ ਕੀ ਕਹਿ ਰਹੇ ਨੇ ਸਮੀਕਰਨ ਜਿਹੜਾ ਇਸ ਵਾਰੀ 24 ਦੀ ਚੋਣ ਚੱਪਾ ਚੱਲੇ ਆ ਉਹਦੇ ਹਾਲਾਤ ਅਸੀਂ ਜੋ ਗਰਾਊਂਡ ਲੈਵਲ ਤੇ ਵਿਚਰਦਿਆਂ ਦੇਖੇ ਨੇ ਉਹ ਇਦਾਂ ਲੱਗਦੇ ਨੇ ਕਿ ਜਿਹੜਾ ਵੋਟਰ ਹੈ ਉਹ ਸਿਆਣਾ ਬਹੁਤ ਹੋ ਗਿਆ ਠੀਕ ਉਹਨੇ ਜਿਹੜੇ ਉੱਪਰ ਲੀਡਰ ਟਪੂਸੀਆਂ ਮਾਰ ਰਹੇ ਨੇ ਕਿ ਕਿਸੇ ਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਵੀ ਇਹ ਕਿਹੜਾ ਕਿਹੜੀ ਪਾਰਟੀ ਦਾ ਹੈ ਕਿਹੜੀ ਦਾ ਅੱਜ ਦੇਖਦੇ ਹਾਂ ਉਹ ਉਹ ਕਿਤੇ ਹੋਰ ਚਿਹਰਾ ਲੈ ਕੇ ਬੈਠਾ ਹੁੰਦਾ ਦੂਜੇ ਦਿਨ ਤੁਸੀਂ ਸ਼ਾਮ ਤੱਕ ਦਿਨ ਤਾਂ ਚੜ੍ਹਨੇ ਨਹੀਂ ਦਿੰਦੇ ਸ਼ਾਮ ਤੱਕ ਦੇਖਦੇ ਹਾਂ ਕਿਤੇ ਹੋਰ ਬੈਠਾ ਹੁੰਦਾ ਉਦੋਂ ਅਗਲੇ ਇੱਕ ਪਾਰਟੀਆਂ ਵੀ ਹੁਣ ਚਾਰ ਪਾਰਟੀਆਂ ਜ਼ਿਆਦਾਤਰ ਟੱਕਰ 'ਚ ਰਹੀਆਂ ਜਾ ਰਹੀਆਂ ਨੇ ਜਿਹਦੇ 'ਚ ਭਾਜਪਾ ਜਿਹਦੇ ਚ ਲੋਕ ਦੌੜ ਦੌੜ ਜਾ ਰਹੇ ਨੇ ਭਾਜਪਾ ਹੋ ਗਈ ਕਾਂਗਰਸ ਹੋ ਗਈ ਬਾਦਲ ਦਲਤਾ ਚਲੋ ਹੀਠਾ ਡਾਊਨ ਚੱਲ ਰਿਹਾ ਹਲੇ ਤੇ ਆਮ ਆਲੇ ਲੱਭਦੇ ਰਹਿੰਦੇ ਨੇ ਦੂਜੇ ਤੀਜੇ ਨੂੰ ਮੈਂ ਇਹ ਸੋਚਿਆ ਵੀ ਚਾਰ ਪਾਰਟੀਆਂ ਚ ਚਾਰੇ ਪਾਰਟੀਆਂ ਚ ਇਹ ਨਹੀਂ ਪਤਾ ਲੱਗਦਾ ਵੀ ਅੱਜ ਜਿਹੜਾ ਆਇਆ ਵੀ ਉਹ ਚਾਰਾਂ ਚ ਘੁੰਮੂਗਾ ਜਾਂ ਖੜਜੂ ਕਿਤੇ ਵੀ ਹੈਗੇ ਇਹਦੇ ਕਿਤੇ ਬ੍ਰੇਕ ਆਮ ਕਹਾਵਤ ਬਣ ਗਈ ਅੱਗੇ ਸਾਡਾ ਮੁੱਖ ਮੰਤਰੀ ਭਗਵਾਨ ਸਿੰਘ ਮਾ ਨੇ ਕਹਿੰਦਾ ਹੁੰਦਾ ਕਈ ਲੀਡਰਾਂ ਨੂੰ ਵੀ ਯਾਰ ਵੀ ਜਿਹੜਾ ਦੁੱਧ ਹੀ ਹੈ ਦੁੱਧ ਵਾਲਾ ਉਹਦੇ ਵੀ ਸਾਈਕਲ ਦੇ ਸਟੈਂਡ ਆ ਵੀ ਇਹਨਾਂ ਦੇ ਹੈ ਨਹੀਂ ਪਰ ਅੱਜ ਅਫਸੋਸ ਹੈ ਕਿ ਅੱਜ ਕਿੰਨਿਆਂ ਨੂੰ ਕਹੀਏ ਸੀ ਵੀ ਇਹਨਾਂ ਦੇ ਸਟੈਂਡ ਦੀ ਸਟੈਂਡ ਇਹਨਾਂ ਦੇ ਕਿੱਥੇ ਗਏ ਉਹਨਾਂ ਤੋਂ ਲੋਕ ਫਿਰ ਹੁਣ ਇਹ ਸੋਚਣ ਲੱਗੇ ਯਾਰ ਵੀ ਇਹਨਾਂ ਤੋਂ ਟਪੂਸੀਆਂ ਮਾਰਨਾਂ ਤੋਂ ਅਸੀਂ ਕੀ ਆਸ ਰੱਖੀਏ ਕਿ ਇਹ ਕਦੋਂ ਜਾ ਕੇ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਗੱਲ ਕਰਨਗੇ ਜਾਂ ਪੰਥ ਦਾ ਭਲੇ ਦੀ ਜਾਂ ਕਿਸੇ ਵੀ ਗੱਲ ਕਰਨਗੇ ਇਹਨਾਂ ਨੇ ਤਾਂ ਖੜਾ ਹੀ ਨਹੀਂ ਛੜਨਾ ਜੇ ਤਾਂ ਉੱਥੇ ਦੇਖਦਾ ਪ੍ਰਧਾਨ ਮੰਤਰੀ ਦੇ ਦੁਆਰਾ ਰਿਪੀਟ ਹੋ ਕੇ ਨਰਿੰਦਰ ਮੋਦੀ ਆ ਗਿਆ ਫੇਰ ਤਾਂ ਇਹਨਾਂ ਨੇ ਉਧਰ ਨੂੰ ਹੋ ਜਾਣਾ ਸਣੇ ਸੰਗਲ ਭੱਜਣਗੇ ਇੱਕ ਕਹਾਵਤ ਹੈ ਕਿ ਅਸੀਂ ਮੱਝ ਵਿੱਚ ਹੀ ਆ ਸੰਗਲ ਲਈ ਪਰ ਉਹ ਸਮੇਤ ਸੰਗਲ ਜਾਂਦੀ ਹੁੰਦੀ ਹੈ ਤੇ ਸੰਗਲ ਚਲੋ ਨਾਲ ਉਹੀ ਜਾਣੀ ਹੈ ਗੱਲ ਚਾ ਉਹਦੇ ਇਸੇ ਉਹੀ ਹਾਲਾਤ ਅੱਜ ਦੇ ਲੀਡਰ ਦੇ ਨੇ ਕਿ ਪਿਛਲੇ ਨੂੰ ਮਾਂ ਦੇ ਪੁੱਤੋਂ ਨਾ ਦਾ ਸੱਚੇ ਪਾਸ ਸਦੀ ਬਖਸ਼ਸ ਹੈ ਸਰਉਪੋ ਸਰੋਪੋ ਦੀ ਨਹੀਂ ਮੈਂ ਨਿੰਦਿਆ ਕਰੂੰਗਾ ਸਰੋਪੋ ਨਹੀਂ ਇਹਨਾਂ ਨੂੰ ਕਿਸੇ ਨੇ ਦਿੱਤਾ ਸਰੋਪੋ ਮਿਲਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਂ ਕੌਮੀ ਪਰਵਾਨੇ ਜੇ ਕੋਈ ਪੰਥ ਦੀ ਕੌਮ ਦੀ ਸਮੁੱਚੇ ਲੋਕਾਂ ਦੀ ਕੋਈ ਲੜਾਈ ਲੜ ਕੇ ਜਿੱਤ ਹਾਸਲ ਕਰਦੇ ਨੇ ਉਹਨਾਂ ਨੂੰ ਮਿਲਦਾ ਹੈ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਮਿਲਦਾ ਰਿਹਾ ਜਾਂ ਜੋ ਕੋਈ ਟਾਕਰੇ ਸੰਘਰਸ਼ ਕਰਕੇ ਆਏ ਉਹਨਾਂ ਨੂੰ ਮਿਲਿਆ ਗੁਰੂ ਘਰ ਵੱਲੋਂ ਸਰੋਪੋ ਇਹਨਾਂ ਦੀਆਂ ਨੇ ਲੀਰਾ ਕੱਪੜੇ ਇਹਨਾਂ ਨੇ ਕਿਸੇ ਨੇ ਪੰਜਾ ਛਪਾ ਲਿਆ ਕਿਸੇ ਨੇ ਝਾੜੂ ਸਪਾ ਲਿਆ ਕਿਸੇ ਨੇ ਤੱਕੜੀ ਸਪਾ ਲਈ ਉਹ ਐਨੀਓ ਹੈ ਉਹ ਚੱਕ ਕੇ ਜੇ ਅੱਜ ਗਲ ਚਪਾਈ ਹੈ ਦੂਜੇ ਦਿਨ ਆਉਂਗੇ ਫਿਰ ਉਹ ਝਾੜੂ ਦੀ ਪਵਾਊਗਾ ਮੈਂ ਲੋਕਾਂ ਨੂੰ ਇਹ ਕਹਿਣਾ ਵੀ ਚਾਰ ਚਾਰ ਇਕੱਠੀਆਂ ਹੀ ਰੱਖ ਲੋ ਚਾਰ ਪਾਰਟੀਆਂ ਨੇ ਚਾਰ ਚਾਰੇ ਚਿੰਨਾਂ ਵਾਲੀਆਂ ਇਹਨਾਂ ਦੀਆਂ ਰੱਖ ਲੋ ਲੀਰਾਂ ਜੀਆਂ ਲੈ ਕੇ ਕੀ ਪਤਾ ਜਿਹੜਾ ਅੱਜ ਆ ਕੇ ਤੁਹਾਨੂੰ ਹੱਥ ਜੋੜ ਕੇ ਕਹਿੰਦਾ ਜੀ ਮੈਂ ਕਾਮਲ ਦਾ ਫੁੱਲ ਲੈ ਕੇ ਆਇਆ ਤੁਸੀਂ ਹਾਲੇ ਪਿੱਠ ਨਹੀਂ ਘਮਾਉਣੀ ਹਾਲੇ ਤੁਸੀਂ ਲੋਕਾਂ ਨੂੰ ਆਪਣੇ ਵਰਕਰਾਂ ਨੂੰ ਕਹਿਣਾ ਹੈ ਵੀ ਅਸੀਂ ਕਾਮਲ ਫੁੱਲ ਲਿਆ ਦੂਜੇ ਦਿਨ ਤੁਹਾਨੂੰ ਇਹ ਹੀ ਪਤਾ ਲੱਗੂਗਾ ਨਹੀਂ ਭਈ ਕਾਮਲਾ ਵਾਲਿਆਂ ਨੇ ਨਹੀਂ ਮੇਰੇ ਨੂੰ ਟਿਕਟ ਟੋਕ ਟ ਦਿੱਤੀ ਹੁਣ ਮੈਂ ਛੜੱਪਾ ਮਾਰ ਕੇ ਕਾਂਗਰਸ ਵਾਲਾ ਹੁਣ ਮੈਂ ਤੈਨੂੰ ਪੰਜਾ ਦਿਖਾਉਂਗਾ ਪੰਜੇ ਵਾਲਿਆਂ ਦਾ ਲਾ ਕੇ ਲੈ ਕੇ ਤੁਰਦਾ ਹੈ ਫਿਰ ਦੂਜਾ ਦਿਨ ਚੜ ਗਿਆ ਦੂਜੇ ਦਿਨ ਚੜੇ ਤੋਂ ਬਾਅਦ ਸੁਣਗਾ ਨਹੀਂ 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 ਕੇਪੀ ਦੀ ਤਰ੍ਹਾਂ ਹੁਣ ਮੈਂ ਤੱਕੜੀ ਲੈ ਲਈ ਹੈ ਜੇ ਤੱਕੜੀ ਤੇ ਵੀ ਸਾਵਰ ਨਹੀਂ ਫਿਰ ਕਹਿੰਦੇ ਨਹੀਂ ਨਹੀਂ ਜੀ ਕੇਜਰੀਵਾਲ ਸੁਪਰੀਮੋ ਅੰਦਰ ਹੋ ਗਿਆ ਸਾਡੇ ਮੁੱਖ ਮੰਤਰੀ ਨੇ ਇਸ਼ਾਰਾ ਕਰਤਾ ਹੈ ਕਿ ਸਰਕਾਰ ਹੈ ਪੰਜਾਬ ਚ ਆਪੀ ਆਪਾਂ ਠੋਕ ਕੇ ਪੈਸੇ ਲਾ ਕੇ ਤੈਨੂੰ ਜਿਤਾ ਕੇ ਲਿਆਵਾਂਗੇ ਆ ਜਾ ਕਹਿੰਦਾ ਫਿਰ ਝਾੜੂ ਠੀਕ ਹੈ ਜੀ ਇਸ ਲਈ VOTER ਸਿਆਣਾ ਇਹਨਾਂ ਸਾਰਿਆਂ ਨੂੰ ਜਿਵੇਂ ਇਹ ਲੋਕਾਂ ਨੂੰ ਮਜ਼ਾਕ ਕਰਦੇ ਨੇ ਆਪਣੀਆਂ ਵੋਟਾਂ ਨੂੰ ਅੱਜ ਹੁਣ ਲੋਕ ਇਹਨਾਂ ਨੂੰ ਮਜ਼ਾਕ ਕਰਦੇ ਨੇ ਕਿਸੇ ਦੀ ਨੇਰੀ ਨਹੀਂ ਭਲੇਖੇ ਚ ਨਾ ਆਜੇ ਕੋਈ ਕਿਸੇ ਦੀ ਨੇਰੀ ਨਹੀਂ ਹੈ ਬਿਲਕੁਲ ਇਹਨਾਂ ਨੂੰ ਲੋਕਾਂ ਨੇ ਸੋਚਣ ਲਈ ਮਜਬੂਰ ਕਰ ਦੇਣਾ ਰਿਜ਼ਲਟ ਉਹ ਆਉਣਗੇ ਹੈਰਾਨੀਜਨਕ ਜਿਹਨੂੰ ਤੁਸੀਂ ਕਹੋਗੇ ਵੀ ਯਾਰ ਇਹ ਇਹੀ ਪਤਾ ਲੱਗੂਗਾ ਪਹਿਲਾਂ ਆਮ ਆਦਮੀ ਵਾਲੇ ਨੇ ਕਰਿਆ ਨਾ ਆਮ ਆਦਮੀ ਮੌਕੇ ਹੋਇਆ ਇਹ ਇਹੀ ਹੋਣਾ ਰਿਜਲਟੇ ਨਹੀਂ ਪਤਾ ਹੈ ਕਿਹਦੇ ਹੱਕ 'ਚ ਜਾਣੇ ਨੇ ਸੋਨੀ ਸਾਹਿਬ ਪਹਿਲਾਂ ਦਾ ਸਿਰਕ ਹੁੰਦਾ ਸੀ ਲੀਡਰਾਂ ਦਾ ਪੁਰਾਣੀ ਸਿਆਸਤ ਤੇ ਅੱਜ ਦੀ ਸਿਆਸਤ 'ਚ ਤੁਸੀਂ ਤਾਂ ਪਹਿਲਾਂ ਵੀ ਵਿਚਰਿਓ ਹੁਣ ਵੀ ਵਿਚਰ ਰਹੇ ਹੋ ਗਰਾਊਂਡ 'ਤੇ ਵੀ ਵਿਚਰਦੇ ਹੋ ਕੀ ਫਰਕ ਲੱਗਦਾ ਪਹਿਲਾਂ ਵਾਲੇ ਲੀਡਰਾਂ ਤੇ ਹੁਣ ਵਾਲੇ ਲੀਡਰਾਂ 'ਚ ਪਹਿਲਾਂ ਹਾਲਾਂਕਿ ਵੋਟਰ ਸੀ ਜਿਹੜਾ ਉਹ ਵੀ ਕਈ ਵਾਰ ਮਾਣ ਨਾਲ ਇਹ ਗੱਲ ਕਹਿ ਦਿੰਦਾ ਹੁੰਦਾ ਸੀ ਅਸੀਂ ਅਕਸਰ ਸੁਣਦੇ ਸੀ ਛੋਟੇ ਹੁੰਦੇ ਕਿ ਅਸਤਾ ਕੱਟੜ ਕਾਂਗਰਸੀ ਆ ਅਸੀਂ ਕੱਟੜ ਅਕਾਲੀ ਵਾਲੇ ਆ ਤੱਕੜੀ ਵਾਲੇ ਆ ਇਹ ਮਾਣ ਹੁੰਦਾ ਸੀ ਕੀ ਲੱਗਦਾ ਹੈ ਕਿ ਹੁਣ ਉਹੋ ਜੀ ਸਿਆਸਤ ਨਹੀਂ ਨੀ ਸਿਆਸਤਦਾਨ ਨਹੀਂ ਰਹੇ ਜਿਸ ਕਰਕੇ ਵੋਟਰ ਹੈ ਜਿਹੜਾ ਜਾਂ ਕਹਿ ਸਕਦੇ ਆ ਵਰਕਰ ਹੈ ਉਹ ਵੀ ਕਿਤੇ ਨਾ ਕਿਤੇ ਮਾਣ ਮਹਿਸੂਸ ਕਰਨ ਵਿੱਚ ਝਿਜਕ ਮਹਿਸੂਸ ਕਰ ਰਿਹਾ ਹੈ। ਉਹਨੂੰ ਪਤਾ ਲੱਗ ਗਿਆ ਜੀ ਏਠਾ ਮੈਂ ਕਿਹਾ ਨਾ ਵੀ ਹਵਾ ਚਲੀ ਗਈ। ਉਹਨੂੰ ਪਤਾ ਲੱਗ ਗਿਆ ਵੀ ਇਹਨਾਂ ਦੀਆਂ ਰਿਸ਼ਤੇਦਾਰੀਆਂ, ਦੋਸਤਾਂ ਇਹ ਦੋਸਤੀਆਂ ਇਹਨਾਂ ਨੇ ਬਾਹਰ ਜਾ ਕੇ 5 ਸਟਾਰ ਹੋਟਲਾਂ 'ਚ ਇਕੱਠਾ ਖਾਣਾ ਖਾਣਾ ਉਹ ਲੋਕਾਂ 'ਚ ਗੱਲਾਂ ਚੱਲੀਆਂ ਗਈਆਂ। ਧੰਨਵਾਦ ਤੁਹਾਡੇ ਮਿੱਠੀਏ ਦਾ। ਸੋਸ਼ਲ ਮੀਡੀਆ ਦਾ ਦੂਜੇ ਮੀਡੀਆ ਦਾ ਤੁਸੀਂ ਇਹ ਜਨਤਕ ਲੈ ਗਏ ਲੋਕਾਂ ਚ ਗੱਲਾਂ ਉਹਨਾਂ ਨੂੰ ਪਤਾ ਲੱਗਿਆ ਯਾਰ ਅੱਗੇ ਪਿੰਡਾਂ ਚ ਗੋਲੀਆਂ ਚੱਲਣੀਆਂ ਕੇਸ ਰਜਿਸਟਰਡ ਹੋਣੇ ਉਹਨੇ ਕਹਣਾ ਤੂੰ ਕੌਣ ਹੁੰਦਾ ਮੈਂ ਅਕਾਲੀ ਆ ਜੀ ਮੈਂ ਕਾਂਗਰਸੀ ਆ ਚਲੋ ਝਾੜੂ ਵਾਲੇ ਤਾਂ ਵਿਚਾਰੇ ਕੱਲ ਆਏ ਨੇ ਇਸੇ ਤਰ੍ਹਾਂ ਟੱਕਰਾਂ ਚ ਰਹਿਣਾ ਫੁੱਲ ਵਾਲਾ ਵੀ ਕਦੇ ਲੱਭਦਾ ਨਹੀਂ ਸੀ ਇਹ ਸਹਾਰਾ ਸਹਾਰਾ ਚ ਹੁੰਦਾ ਜਿਹੜੇ ਭਾਜਪਾ ਵਾਲੇ ਨੇ ਪਿੰਡਾਂ ਚ ਨਹੀਂ ਇਹਨਾਂ ਦੀ ਕੋਈ ਗੱਲਬਾਤ ਸੀ ਪਰ ਉਹ ਦੂਜੀਆਂ ਦੋ ਪਾਰਟੀਆਂ ਤਾਂ ਫਸਵੇਂ ਮੁਕਾਬਲੇ ਹੁੰਦੇ ਸਰਪੰਚੀ ਚ ਕਮੇਟੀ ਦੀਆਂ ਚੋਣਾਂ ਚ ਹੋਰ ਸਾਡੀ ਸੁਸਾਇਟੀ ਐ ਸੁਸਾਇਟੀ ਹਰ ਇੱਕ ਸੁਸਾਇਟੀ ਤਕਰੀਬਨ ਡਿਫਾਲਟਰ ਐ ਕੋਆਪਰੇਟਿਵ ਦੀ ਉਹਦੇ ਵਿੱਚ ਚੋਣ ਜਦ ਹੁਣ ਵੀ ਹੁੰਦੀ ਆ ਉੱਥੇ ਵੀ ਟੱਕਰਾਂ ਪੈਂਦੀਆਂ ਪਰ ਅੱਜ ਟੱਕਰਾਂ ਪੈਣੋਂ ਤਾਂ हट ਗਈਆਂ ਸਾਡੇ ਲੀਡਰੇ ਨਹੀਂ ਪਤਾ ਲੱਗ ਰਿਹਾ ਜੋ ਮੈਂ ਪਹਿਲਾਂ ਬੋਲ ਕੇ ਹਟਿਆ ਇਹ ਹਾਲਾਤਾਂ ਦੇ ਵਿੱਚ ਲੋਕ ਕੱਟੜ ਤਾਂ ਛੱਡ ਗਏ ਆਉਣ ਵਾਲੇ ਜਿਹੜੇ ਥੋੜੇ ਨਵੇਂ ਮੁੰਡੇ ਆ ਤੁਸੀਂ ਜਿਹੜੇ ਨਵੇਂ ਮੁੰਡਿਆਂ ਨੇ ਆਪਣੇ ਪਰਿਵਾਰਾਂ ਨੂੰ ਸਮਝਾ ਲਿਆ ਵੀ ਨਾ ਉਜੜੋ ਇਹਨਾਂ ਨੂੰ ਪੁੱਛੋ ਲੀਡਰਾਂ ਨੂੰ ਜਿਨ੍ਹਾਂ ਨੇ ਮਗਰ ਤੁਸੀਂ ਵਸਤਾ ਚੱਕ ਕੇ ਦਰੀ ਬਸਾਉਨੇ ਹੋ ਇਹਨਾਂ ਪੁੱਛੋ ਵੀ ਇਹਦੀ ਜਾਇਦਾਦ ਕਿਵੇਂ ਵੱਧ ਗਈ ਤੇਰੀ ਬਾਪੂ ਕਿਵੇਂ ਵਿਕ ਗਈ ਤੂੰ ਬਾਪੂ ਤਖੜੇ ਸਕੂਲਾਂ ਚ ਕਿਉਂ ਨਹੀਂ ਸਾਨੂੰ ਪੜਾਇਆ ਆ ਜਿਹਦਾ ਤੂੰ ਝੋਲਾ ਚੱਕੀ ਫਿਰਦਾ ਇਹਨੂੰ ਇਹ ਤਾਂ ਪੁੱਛ ਲੈ ਵੀ ਤੇਰੇ ਕੁੜੀਆਂ ਮੁੰਡੇ ਕਿਹੜੇ ਕਿਹੜੇ ਬਾਈਪੀਐਸ ਚ ਪੜੇ ਨੇ ਪੀਪੀਐਸ ਚ ਪੜੇ ਨੇ ਕਿ ਦੂਨ ਸਕੂਲ ਦੇ ਪੜੇ ਨੇ ਇਹ ਲੋਕਾਂ ਚ ਜਦੋਂ ਸਵਾਲ ਉੱਠ ਖੜਨ ਫਿਰ ਰਿਜ਼ਲਟ ਆਪਣੇ ਆਪ ਹੀ ਦੇਖ ਲਓ ਅਜੀਬ ਜੇ ਹੁੰਦੇ ਨੇ ਇਹੀ ਹੋਣੇ ਸੋ ਲਈ ਸਭ ਪੰਜਾਬ ਦੀ ਸਿਆਸਤ ਦੀ ਗੱਲ ਕਰਾਂਗੇ ਤੇ ਨੈਸ਼ਨਲ ਲੈਵਲ ਦੀ ਸਿਆਸਤ ਦੀ ਕੀ ਪੰਜਾਬ ਦੇ ਵਿੱਚ ਇਹਨਾਂ ਚੋਣਾਂ 'ਚ ਕੌਮੀ ਮੁੱਦੇ ਅਸਰ ਪਾਉਣਗੇ ਚੋਣਾਂ ਦੇ ਉੱਤੇ ਸੀਏ ਹੋ ਗਿਆ ਬੀਜੇਪੀ ਲੈ ਕੇ ਆਈ ਦੂਜੇ ਨੰਬਰ ਤੇ ਰਾਮ ਮੰਦਰ ਕੀ ਇਹਨਾਂ ਦਾ ਅਸਰ ਪੰਜਾਬ ਦੀਆਂ ਚੋਣਾਂ ਤੇ ਦੇਖਣ ਨੂੰ ਮਿਲੇਗਾ ਹਾਲਾਂਕਿ ਬਾਹਰੀ ਰਾਜਾਂ 'ਚ ਤਾਂ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਚੀਜ਼ਾਂ ਦਾ ਅਸਰ ਦੇਖਣ ਨੂੰ ਮਿਲ ਸਕਦਾ ਪਰ ਪੰਜਾਬ ਕਹਿੰਦੇ ਨੇ ਉਲਟ ਚੱਲਦਾ ਪੂਰੇ ਦੇਸ਼ ਨਾਲੋਂ ਹਵਾਵਾਂ ਦੇ ਵਰੂ ਦੇ ਚੱਲਦਾ ਤਾਂ ਕੀ ਲੱਗਦਾ ਹੈ ਕਿ ਇਹਦਾ ਅਸਰ ਹੈ ਜਿਹੜਾ ਪੰਜਾਬ 'ਚ ਦੇਖਣ ਨੂੰ ਮਿਲੂਗਾ ਇਹਨਾਂ ਮੁੱਦਿਆਂ ਦਾ ਕੌਮੀ ਮੁੱਦਿਆਂ ਦਾ ਅਸੀਂ ਮਾਣ ਮਹਿਸੂਸ ਕਰਦੇ ਹਾਂ ਸਾਰੀਆਂ ਸਟੇਟਾਂ 'ਚ ਕਿਤੇ ਲੜਾਈ ਝਗੜਾ ਜੋ ਮਰਜ਼ੀ ਹੋਈ ਜਾਵੇ ਪਰ ਅਸੀਂ ਜੇ ਸਾਡੇ ਮੁਸਲਮ ਪਰਾਵਾ ਦਾ ਕੋਈ ਪ੍ਰੋਗਰਾਮ ਆ ਜਾਂਦਾ ਜਿਵੇਂ ਹੁਣ ਰੋਜ਼ੇ ਲੰਘ ਕੇ ਗਏ ਨਹੀਂ ਅਸੀਂ ਉੱਥੇ ਵੀ ਸਾਰੇ ਧਰਮਾਂ ਦੇ ਲੋਕ ਉਹਨਾਂ ਦੇ ਵੀ ਇਕੱਠੇ ਹੁੰਦੇ ਆ ਜੇ ਹੁਣ ਮਾਤਾ ਦਾ ਆ ਜਾਂਦਾ ਕੋਈ ਵੀ ਸਥਾਨ ਤੇ ਯਾਤਰਾ ਜਾਂਦੀ ਹੈ ਉੱਥੇ ਵੀ ਅਸੀਂ ਇਕੱਠੇ ਹੁੰਦੇ ਆ ਅਸੀਂ ਕਿਸੇ ਧਰਮ ਦਾ ਹੋਵੇ 크੍ਰਿਸਚੀਅਨਾਂ ਦਾ ਹੋਵੇ ਦੂਜੇ ਤੀਜੇ ਦਾ ਅਸੀਂ ਇਕੱਠੇ ਹੋ ਜਾਈਏ ਸਾਡੇ ਚ ਇੱਕ ਹੈ ਅਸੀਂ ਜਿੰਨਾ ਮਰਜੀ ਬਾਹਰਲੀ ਸਟੇਟਾਂ ਚ ਕੀ ਹੋ ਰਿਹਾ ਅਸੀਂ ਅੱਖਾਂ ਵਿੱਚ ਲੈਂਦੇ ਹਾਂ ਪਰ ਸਾਡੇ ਚ ਇਹ ਨਹੀਂ ਹੈ ਅਸੀਂ ਸਿਰਫ ਮੈਂ ਤਾਂ ਇਹ ਵੀ ਮਾੜ ਨਾਲ ਕਹਿ ਸਕਦਾ ਕਿ ਸਾਡੇ ਰਿਸ਼ਤੇ ਸਾਡੇ ਆੜਤੀਏ ਹਿੰਦੂ ਭਰਾ ਸਾਡੇ ਹੋਰ ਬਿਜ਼ਨਸ ਜ਼ਿਆਦਾਤਰ ਜਦੋਂ ਅਸੀਂ ਸ਼ਹਿਰਾਂ 'ਚ ਜਾਂਦੇ ਆ ਸਾਡੇ ਹਿੰਦੂ ਭਰਾਵਾਂ ਦੀਆਂ ਦੁਕਾਨਾਂ ਨੇ ਉਹ ਕੱਪੜਾ ਲੈਣ ਜਾਣਾ ਹੋਵੇ ਉਹ ਵੀ ਸਾਡੇ ਅਸੀਂ ਹਿੰਦੂ ਭਰਾਵਾਂ ਤੋਂ ਲੈ ਕੇ ਆਉਂਦੇ ਆ ਉਹਦੇ ਕਰਕੇ ਸਾਡੇ ਹਵਾ ਚੱਲੇ ਨਹੀਂ ਸਕਦੀ ਫਿਰ ਇੱਥੇ ਹਰ ਭਗਤ ਹਰ ਧਾਰਮਿਕ ਸਥਾਨ ਤੇ ਅਸੀਂ ਮੱਥਾ ਇਕੱਠੇ ਟੇਕਦੇ ਆ ਹੁਣ ਦੇਖੋ ਜਿਵੇਂ ਸਾਡੇ ਪਟਿਆਲੀਆਂ ਕਾਲੀ ਮਾਤਾ ਜੀ ਕਾਲੀ ਮਾਤਾ ਤੇ ਤੁਸੀਂ ਦੇਖੋ ਲਾਈਨ ਲਾ ਕੇ ਦੇਖੋ ਕਿੰਨੇ ਪੱਗਾਂ ਵਾਲੇ ਹੋਣਗੇ ਜਿਹੜੇ ਮਾਤਾ ਦੇ ਜਾ ਕੇ ਮੱਥਾ ਟੇਕਦੇ ਫਿਰ ਦੁਖਨਵਾਨ ਸਾਹਿਬ ਤੁਸੀਂ ਦੇਖੇ ਜਾ ਕੇ ਸਾਡੇ ਹਿੰਦੂ ਭਰਾ ਕਿੰਨੇ ਹੋਣਗੇ ਬਿਲਕੁਲ ਸੇਵਾ ਕਰਦੇ ਇਸ ਕਰਕੇ ਇੱਥੇ ਨਹੀਂ ਇਹ ਬਖਰੇਵਾ ਚੱਲਦਾ ਪਹਿਲਾਂ ਵੀ ਪੰਜਾਬ ਨੂੰ ਬਥੇਰੇ ਲੋਕਾਂ ਨੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਗੁਰਾਂ ਦੇ ਨਾਂ ਤੇ ਬਸ ਨਾਲ ਧਰਤੀ ਹੈ ਇਹ ਇੱਥੇ ਪ੍ਰੋਬਲਮ ਨਹੀਂ ਆਉਂਦੀ ਆਪਾਂ ਨੂੰ ਸਗਾ ਮਾਣ ਮਹਿਸੂਸ ਕਰਨਾ ਚਾਹੀਦਾ ਕਿ ਅਸਾਤਾ ਅਸੀਂ ਤਾਂ ਬਾਹਰ ਦੀਆਂ ਸਟੇਟਾਂ ਨੂੰ ਵੀ ਗਿਆਨ ਦੇਤਾ ਕਰੋਨਾ ਚ ਜਿਹੜਾ ਅੱਜ ਕੋਈ ਲਖੂਈ ਫਿਰਦੇ ਨੇ ਦੱਸ ਨਹੀਂ ਰਿਆ ਨਾ ਸਾਡੇ ਥੋਡੇ ਵਰਗੇ ਨੌਜਵਾਨ ਮੁੰਡਿਆਂ ਨੇ ਮੂੰਹ ਦੀ ਵੀ ਪਾਬੰਦੀ ਸਰਕਾਰਾਂ ਲਾਉਂਦੀਆਂ ਸੀ ਵੀ ਮੂੰਹ ਬੰਨ ਕੇ ਰੱਖ ਮਾਸਕ ਪਾ ਪਰ ਸਾਡੇ ਵਾਲੇ ਜੋਧੇ ਕਹਿੰਦੇ ਖੰਡੇ ਬਾਟੇ ਦਾ ਅੰਬਰ ਤੱਕਿਆ ਗੁਰੂ ਦੇ ਲੜ ਲੱਗੇ ਆ ਅਸੀਂ ਕੋਰੋਨਾ ਚ ਜਾ ਕੇ ਕਿਥੇ ਆਵਾਜ਼ ਪੈ ਗਈ ਐ ਲੰਗਰ ਪਾਣੀ ਦੀ ਦਵਾਈਆਂ ਦੀ ਕਿਤੋਂ ਪੈਸਾ ਇਕੱਠਾ ਕਰਿਆ ਅਸੀਂ ਪਿੱਠ ਨਹੀਂ ਦਿਖਾਈ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਆ ਅਸੀਂ ਬਾਬੇ ਨਾਨਕ ਦਾ 20 ਰੁਪਏ ਵਾਲਾ ਲੰਗਰ ਲੈ ਕੇ ਚੱਲਣ ਵਾਲੇ ਲੋਕ ਆ ਇਹਦੇ ਕਰਕੇ ਇੱਥੇ ਨਹੀਂ ਕਿਸੇ ਨਾજર ਲੱਗਦੀ ਇੱਥੇ ਅਸੀਂ ਚੜ੍ਹਦੀ ਕਲਾ 'ਚ ਰਹਾਂਗੇ ਸੋਲੀ ਸਾਹਿਬ ਮੁੱਦਿਆਂ ਦੀ ਗੱਲ ਚੱਲ ਰਹੀ ਐ ਚੋਣਾ ਦੇ ਵਿੱਚ ਤੁਸੀਂ ਸਿਆਸਤਦਾਨ ਵੀ ਹੋ ਤੁਸੀਂ ਇੱਕ ਪੰਥਕ ਆਗੂ ਦੇ ਤੌਰ ਤੇ ਵੀ ਸਮਾਜ ਵਿੱਚ ਵਿਚਰਦੇ ਹੋ ਕਿ ਲੱਗਦਾ ਹੈ ਕਿ ਐਤਕੀ ਚੋਣਾਂ ਦੇ ਵਿੱਚ ਸਿੱਖਾਂ ਦੇ ਮੁੱਦੇ ਗਾਇਬ ਨੇ ਕਿਉਂਕਿ ਲੋਕ ਸਭਾ ਚੋਣਾਂ ਦੀ ਗੱਲ ਕਰੀ ਜਾਵੇ ਪਹਿਲਾਂ ਤਾਂ ਮੁੱਦੇ ਹੁੰਦੇ ਸੀ ਪਿਛਲੀਆਂ ਜ਼ਿਮਨੀ ਚੋਣ ਦੀ ਸੰਗਰੂਰ ਵਾਲੀ ਜ਼ਿਮਨੀ ਚੋਣ ਦੀ ਹੀ ਗੱਲ ਕੀਤੀ ਜਾਵੇ ਸਿਮਰਜੀਤ ਸਿੰਘ ਮਾਨਹੋਰੀ ਚੋਣ ਜਿੱਤਦੇ ਨੇ ਤਾਂ ਉਦੋਂ ਵੀ ਕਿਤੇ ਨਾ ਕਿਤੇ ਸਿੱਖਾਂ ਦਾ ਮੁੱਦੇ ਸੀ ਜਿਹੜੇ ਉਹ ਉੱਪਰ ਕੇ ਸਾਹਮਣੇ ਆਏ ਬੇਸ਼ੱਕ ਉਹ ਬੰਦੀ ਸਿੰਘਾਂ ਦਾ ਮੁੱਦਾ ਹੋਵੇ ਜਾਂ ਹੋਰ ਪੰਥਕ ਮੁੱਦੇ ਹੋਣ ਪਰ ਐਤਕੀ ਬਿਲਕੁਲ ਹੀ ਸਿੱਖਾਂ ਦੇ ਮੁੱਦੇ ਕਿੰਨਾ ਕਿਤੇ ਨਜ਼ਰ ਅੰਦਾਜ਼ ਲੱਗ ਰਹੇ ਨੇ ਕਿ ਕਿਤੇ ਜਾ ਰਹੇ ਨੇ ਕੀ ਕਾਰਨ ਹੋ ਗਿਆ ਕਿ ਸਿਆਸਤਦਾਨ ਹੁਣ ਸਿੱਖਾਂ ਨੂੰ ਭੁੱਲ ਗਏ ਹੋਰ ਪਾਸੇ ਲੱਗ ਗਏ ਨੇ ਆਪੋ ਆਪਣੇ ਆਕਾ ਨੂੰ ਖੁਸ਼ ਕਰਨ ਵਾਸਤੇ ਜਾਂ ਫਿਰ ਸਿੱਖਾਂ ਨੂੰ ਹੀ ਜਾਣ ਬੁੱਝ ਕੇ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਜਿਹੜਾ ਤੁਸੀਂ ਅਹਿਮ ਸਵਾਲ ਇਹ ਕਰਿਆ ਨਾ ਇਹ ਤੁਸੀਂ ਗੁਰੂ ਨੂੰ ਹਾਜ਼ਰਨਾ ਚ ਕਰਕੇ ਕਰ ਰਹੇ ਹੋ ਗੁਰੂ ਸੇਵਾ ਲੈਂਦਾ ਮੈਂ ਇਹ ਕਹਿਣਾ ਚਾਹੁੰਨਾ ਕਿ ਜਦੋਂ ਇਹ ਜਿਹੜੀਆਂ ਪਾਰਟੀਆਂ ਦਾ ਮੈਂ ਨਾਂ ਲਿਆ ਇਹਨਾਂ ਪਾਰਟੀਆਂ ਚੋਂ ਕਿਹੜੀ ਪਾਰਟੀ ਹੈ ਜਿਹਦਾ ਰਾਜ ਨਹੀਂ ਆਇਆ ਉਹ ਕਿਵੇਂ ਕਹਿਣਗੇ ਲੋਕਾਂ ਨੂੰ ਜਾ ਕੇ ਕਿਵੇਂ ਕਹਿਣਗੇ ਬਾਦਲ ਬਾਦਲਦਲ ਤੇ ਭਾਜਪਾ ਵੀ ਸਾਡੇ ਹੁੰਦੇ ਤੁਹਾਨੂੰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨਹੀਂ ਹੋਈਆਂ ਰੋਸ ਕਰਦੇ ਆ ਤੇ ਅਸੀਂ ਗੰਦਾ ਪਾਣੀ ਸੰਤ ਮਹਾਪੁਰਖਾਂ ਤੇ ਨਹੀਂ ਸਿੱਟਿਆ ਅਸੀਂ ਗੋਲੀਆਂ ਚਲਾ ਕੇ ਸਾਡੀ ਪੁਲਿਸ ਤੋਂ ਗੋਲੀਆਂ ਚਲਵਾ ਕੇ ਕਿਸਨ ਭਗਵਾਨ ਸਿੰਘ ਸ਼ਹੀਦ ਕੀਤਾ ਗਰਜੀਤ ਸਿੰਘ ਨਿਜਾਮ ਦੀ ਵਾਲਾ अनेका ਹੋਰ ਫੱਟੜ ਕੀਤੇ ਕੋਟਕਪੂਰੇ ਚੌਂਕ ਨੂੰ ਝਟਕਾ ਚੌਂਕ ਬਣਾ ਕੇ ਅਸੀਂ ਮਹਾਪੁਰਖ ਨਹੀਂ ਬਖਸੇ ਉਹਨਾਂ ਨੂੰ ਵੀ ਸਵਾਲ ਹੈ ਦੂਜੇ ਬੰਨੇ ਜੇ ਕਾਂਗਰਸਾਈ ਮੱਥੇ ਨੂੰ ਗੋਟਕਾ ਲਾਉਣ ਵਾਲਾ ਸਾਡਾ ਅੱਜ ਜਿਹੜਾ ਘਰਚੇ ਬੈਠਾ ਪਤਾ ਨਹੀਂ ਕਿੱਥੇ ਇਕਲੇ ਚ ਬੈਠਾ ਕੈਪਟਨ ਮਨਿੰਦਰ ਸਿੰਘ ਐਕਸ ਮੁੱਖ ਮੰਤਰੀ ਉਹ ਖਾਨਦਾਨੀ ਵੀ ਰਾਜਾ ਉਹ ਇਹ ਵੀ ਕਹਿੰਦਾ ਵੀ ਸਾਡੇ ਤੇ ਤਾਂ ਗੁਰੂ ਦੀ ਬਖਸ਼ਿਸ਼ ਸੀ ਪਤਾ ਨਹੀਂ ਉਹਦੀ ਸੋਚ ਕਿੱਥੇ ਜਾ ਕੇ ਮਿਲੀ ਭੁਗਤ ਕਰ ਗਏ ਉਹਨਾਂ ਨੇ ਵੀ ਸਾਨੂੰ ਇਨਸਾਫ ਨਹੀਂ ਦਿੱਤਾ ਦੂਜੇ ਬੰਨੇ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਇਹਦਾ ਸੁਪਰੀਮੋ ਜਿਹੜਾ ਅੱਜ ਨੂਨ ਵਾਲੀਆਂ ਰੋਟੀਆਂ ਖਾ ਰਿਹਾ ਹੈ ਜ਼ੇਰ ਚ ਕੀਂਕ ਝਗੜਾ ਪਿਆ ਪਿਆ ਕਿਤੇ ਕਹਿੰਦੇ ਨੇ ਜੀ ਉਹਨੂੰ ਦਵਾਈ ਨਹੀਂ ਮਿਲਦੀ ਕਿਤੇ ਕਹਿੰਦੇ ਨੇ ਜੀ ਉਹਦੀ ਸ਼ੂਗਰ ਵੱਧ ਗਈ ਉਹ ਭਾਈ ਸਾਡੇ ਖਾਲਸੇ ਤੱਕ ਅਦੇ ਰੋਏ ਨਹੀਂ ਬੰਦੀ ਸਿੰਘ ਜਿਹੜੇ 35 35 ਸਾਲ ਦੇ ਐ ਦਾੜੀ ਉੱਤਰ ਦੀ ਅੰਦਰ ਗਏ ਹੋਏ ਅੱਜ ਤੱਕ ਉਹ ਜਕਾਰੇ ਛੱੜਦੇ ਨੇ ਖਾਲਸੇ ਕਿ ਕੋਈ ਗੱਲ ਨਹੀਂ ਇਹ ਸਾਡਾ ਜੱਦੀ ਘਰ ਹੈ ਜੇੜ ਇਸ ਢੰਗ ਨਾਲ ਕਰਦੇ ਨੇ ਉਹਨਾਂ ਦੀ ਨਾ ਕਦੇ ਉਹਨਾਂ ਨੂੰ ਸ਼ੂਗਰ ਵਧੀਆ ਨਾ ਕਿਸੇ ਨੇ ਉਹਨਾਂ ਨੂੰ ਮੈਡੀਕਲ ਲਈ ਬਾਹਰ ਕਿਹਾ ਨਾ ਅਸੀਂ ਕਦੇ ਵਕੀਲਾਂ ਬੂਰੇ ਲੈਣ ਲੀਆਂ ਗੱਡੀਆਂ ਨੇ ਅਸੀਂ ਤਾਂ ਸੜਕਾਂ ਤੇ ਜਾ ਜਾ ਕੇ ਮੋਰਚੇ ਲਾ ਲਾ ਕੇ ਕਹਿੰਦੇ ਵੀ ਸਾਡਾ ਹੱਕ ਹੈ ਉਹਨਾਂ ਤੇ ਹੁਣ ਕੋਈ ਕੇਸ ਨਹੀਂ ਹੈ ਉਹਨਾਂ ਨੂੰ ਰਹਾ ਕਰੋ ਇਹ ਲੋਕ ਤਾਂ ਨਹੀਂ ਕਹਿ ਰਹੇ ਕਿ ਇਹ ਪੰਜਾਬ ਨੂੰ ਪਿਆਰ ਨਹੀਂ ਕਰਦੇ ਇਹ ਸਾਨੂੰ ਜਿਵੇਂ ਹੁਣ ਬਾਹਰ ਤੁਸੀਂ ਗੱਲ ਕੀਤੀ ਹੈ ਵੀ ਫਿਰਕਿਆਂ 'ਚ ਵੰਡ ਕੇ ਪਿੱਛੇ ਕੋਈ ਹਿੰਦੂਆਂ ਦੀ ਹਵਾ ਚਲਾ ਰਿਹਾ ਮੰਦਰ ਦੀ ਕੋਈ ਕੁਝ ਕਰ ਰਿਹਾ ਇਹ ਲੋਕ ਚਾਹੁੰਦੇ ਨੇ ਕਿ ਅਸੀਂ ਐਵੇਂ ਜਿਵੇਂ ਆਪਣੀ ਚਾਸਣੀ ਲੈ ਲਾਂਗੇ ਇਹ ਨਹੀਂ ਲੈਣੀ ਇਹ ਗੁਰੂਆਂ ਦੇ ਨਾਂ ਤੇ ਵਸੀ ਹੋਈ ਧਰਤੀ ਐ ਇੱਥੇ ਇਹ ਸਾਰੇ ਦੋਸ਼ੀ ਗਿਣੇ ਗਏ ਨੇ ਮੈਂ ਨਹੀਂ ਕਹਿ ਰਿਹਾ ਤੁਸੀਂ ਸਾਰੇ মিডিਆ ਨੂੰ ਪਤਾ ਕਿ ਸਰਕਾਰਾਂ ਸਮੇਂ-ਸਮੇਂ ਆਈਆਂ ਭਗਵੰਤ ਮਾਨ ਨੇ ਵੀ ਬਾਰ-ਬਾਰ ਸਾਨੂੰ ਸੁਪਰੀਮੋ ਨੇ ਵੀ ਯਕੀਨ ਦਿਵਾਇਆ ਕਿ ਜੀ ਮੈਂ ਥੋੜੇ ਦਿਨਾਂ ਚ ਤੁਹਾਨੂੰ ਇਹ ਆਦਮੀਆਂ ਦਾ ਦੋਸ਼ੀ ਕੌਣ ਨੇ ਰਿਜ਼ਲਟ ਦਵਾਂਗਾ ਇਹਨਾਂ ਨੂੰ ਕਟਾਇਰੇ 'ਚ ਖੜੇ ਕਰਾਂਗੇ ਤੇ ਇਹਨਾਂ ਨੂੰ ਅੰਦਰ ਬੰਦ ਕਰਾਂਗੇ ਜਿਹੜਾ ਅੱਜ ਚਲਾਣਮਨੀਪੇਸ ਹੋ ਰਿਹਾ ਐਨ ਜੰਤਕ ਹੋ ਗਏ ਹੁਣ ਤਾਂ ਮੇਰਾ ਵੀ ਐਲੀਕੇਸ਼ਨ ਲਾਉਣ ਦੀ ਲੋੜ ਨਹੀਂ ਹੈ ਸਰਸੇ ਵਾਲਾ ਗਰਮੀਤ RAM ਰਹੀਮ ਉਹਦੇ ਤੇ ਉਹਦੀ ਭੰਗੀਦਾਸ ਨੇ ਉਹਨੇ ਬਿਆਨ ਦਿੱਤਾ ਕਿ ਕਹੇ ਜੀ ਇਹ ਸਾਰੀ ਸਾਜ਼ ਸਾਡੇ ਬਾਬੇ ਦੇ ਡੇਰੇ 'ਚ ਬਾਬੇ ਦੀ ਮੌਜੂਦਗੀ 'ਚ ਹਨੀਪ੍ਰੀਤ ਨੇ ਘੜੀ ਹੈ ਜਦੋਂ ਹੁਣ ਜੰਤਕ ਆ ਗਿਆ ਫਿਰ ਇਥੋਂ ਪੰਜਾਬ ਦੀ ਜੇ ਸਰਕਾਰ ਇਮਾਨਦਾਰੀ ਨਾਲ ਸਿੱਖਾਂ ਨੂੰ ਇਨਸਾਫ ਦੇਣਾ ਚਾਹੁੰਦੀ ਹੋਵੇ ਗੁਰੂ ਦਾ ਤਾਂ ਉਹਨੂੰ ਕਿਉਂ ਨਹੀਂ ਰਿਮਾਂਡ ਤੇ ਲਿਆਉਂਦੇ ਉਹਨਾਂ ਨੂੰ ਦੋਨਾਂ ਨੂੰ ਰਿਮਾਂਡ ਦੇ ਹਨੀਪਰੀਤ ਤਾਂ ਬਾਹਰ ਘੁੰਮਦੀ ਹੈ ਉਹ ਦੂਜੇ ਦਾ ਪ੍ਰੋਸੈਸ ਕੈਦਨ ਵੀ ਉਹਨੂੰ ਫੇਰ ਲੈ ਕੇ ਆਵਾਂਗੇ ਸਾਧ ਨੂੰ ਹਨੀਪਰੀਤ ਨੂੰ ਲਿਆ ਕੇ ਮਾੜੇ ਦਾ ਸੀਆਈਏ ਬਿਠਾਉਣ ਦੋ ਘੰਟੇ ਉਹ ਕਿੱਡੀ ਕ ਟੈਰੋਰਿਸਟ ਹੈ ਜਿਹੜੀ ਮੰਨੂਗੀ ਨਹੀਂ ਉਹਨੇ ਸਾਰਾ ਤੋਤੇ ਵਾਂਗੂ ਬੋਲਣਾ ਹੈ ਉਹ ਤੋਂ ਬਾਅਦ ਇਨਸਾਫ ਬਿਲਕੁਲ ਰਿਜ਼ਲਟ ਦੇ ਦੇਣਗੇ ਪਰ ਮਨ ਚ ਬੇਈਮਾਨੀ ਹੈ ਨੌਮੁਰਾਦ ਵੋਟ ਜਿਹੜਾ ਸਾਨੂੰ ਅਨਸਾਫ ਮਿਲਿਆ ਸੀ ਵੋਟ ਦਾ ਕਿ ਤੁਹਾਡੇ ਘਰਾਂ ਚ ਆਇਆ ਕਰਨਗੇ ਵੱਡੇ ਵੱਡੇ ਲੀਡਰ ਰਾਜੇ ਮੱਥਾ ਟੇਕਿਆ ਕਰਨਗੇ ਵੀ ਸਾਨੂੰ ਵੋਟ ਪਾ ਦਿਓ ਜੀ ਇਹ ਵੋਟ ਨੂੰ ਇਹ ਪੁੱਠਾ ਘੇੜਾ ਦੇਗੇ ਪੁੱਠਾ ਘੇੜਾ ਦੇ ਕੇ ਕਹਿੰਦੇ ਨੇ ਕਿ ਇਹ ਇਹਨਾਂ ਨੂੰ ਅਸੀਂ ਗੁਲਾਮੇ ਬਣਾ ਕੇ ਰੱਖੀਏ ਕਿ ਇਸ ਕਰਕੇ ਝੂਠੇ ਸੌਦੇ ਵਾਲੇ ਦੀਆਂ ਸਿਰਫ ਉਹ ਵੋਟਾਂ ਦੇਖਦੇ ਨੇ ਜਿਹਦੇ ਕਰਕੇ ਉਹ ਇਧਰ ਨੂੰ ਰਿਮਾਂਡ ਤੇ ਉਹਨਾਂ ਨੂੰ ਲੈ ਕੇ ਨਹੀਂ ਆਰੇ ਅੱਜ ਲਿਆਉਣ ਜਿਹੜੀਆਂ ਸਿੱਟਾਂ ਦੀਆਂ ਰਿਪੋਰਟਾਂ ਨੇ ਉਹ ਜਨਤਕ ਹੋਣਗੀਆਂ ਤੇ ਆਪਾਂ ਨੂੰ ਇਨਸਾਫ ਮਿਲ ਜੂਗਾ ਪਰ ਨਹੀਂ ਹੋਣਾ ਸੋਲਸਬ ਤੁਸੀਂ ਬੇਅਦਬੀ ਦੀ ਗੱਲ ਕਰ ਰਹੇ ਹੋ ਤੇ ਨਾਲ ਨਾਲ ਡੇਰਾ ਮੁਖੀ ਰਾਮ ਰਹੀਮ ਦੀ ਗੱਲ ਕਰ ਰਹੇ ਹੋ ਮੈਨੂੰ ਸਵਾਲ ਜ਼ਿਆਦਾ ਯਾਦ ਆ ਗਿਆ ਕਿ ਐਮਪੀ ਪ੍ਰਨੀਤ ਕੌਰ ਹੋ ਰਹੀ ਪਿਛਲੇ ਦਿਨ ਇੱਕ ਇੰਟਰਵਿਊ ਚ ਦਾਵਾ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਰਾਮ ਰਹੀਮ ਯਾਨੀ ਕਿ ਡੇਰੇ ਦੇ ਵੱਲੋਂ ਅਕਾਲੀ ਦਲ ਨੂੰ ਸਮਰਥਨ ਦਿੱਤਾ ਗਿਆ ਸੀ ਕੀ ਵਾਕਈ ਇਹ ਹੋਇਆ ਹੋਊਗਾ ਇਹ ਤਾਂ ਜਨਤਕ ਮੀਡੀਆ ਦੱਸੇ ਮੀਡੀਆ ਚ ਆ ਗਿਆ ਸਾਰਾ ਕੁਝ ਸਾਰਾ ਸੁਖਬੀ ਸਮੇਤ ਹਰ ਸਿਮਰਤ ਸੁਖਵੀਰ ਬਾਦਲ ਤੇ ਇਹਨਾਂ ਦੀ ਸਾਰੀ ਕੈਬਨਟ ਉਹਦਾ ਲੈਣ ਬਣਾ ਕੇ ਉਹ ਬਲਾਦਕਾਰੀ ਸਾਥ ਦੇ ਗਏ ਨੇ ਵੋਟਾਂ ਲੈਣ ਉਹ ਵੀ ਗਏ ਨੇ ਪ੍ਰਨੀਤ कौर ਵੀ ਮੁਕਰੇ ਨਾ ਮਹਾਰਾਣੀ ਸਾਹਿਬਾ ਉਹਦਾ ਜਿੱਥੇ ਤੁਹਾਡਾ ਵਿਆਹ ਹੋ ਗਿਆ ਜਿਹੜੇ ਘਰ ਚੋਂ ਕਹਿੰਦੇ ਨੇ ਸਾਡੇ ਤੇ ਪਾਸ ਸੰਜਾਂ ਦੀ ਯਾਰ ਬਕਸਸ ਹੋਈ ਯਾਰ ਸਾਡੇ ਗੁਰੂ ਗ੍ਰੰਥ ਸਾਹਿਬ ਅੰਦਰ ਹੈ ਕਿ ਮਹਿਲਾ ਚ ਉਹ ਤਰਸ ਕਰ ਲੋ ਫੇਰ ਫੇਰ ਤੁਸੀਂ ਇਹ ਕਿਉਂ ਨਹੀਂ ਮੰਨਦੇ ਵੀ ਵੋਟਾਂ ਉਹ ਕਾਂਗਰਸ ਨੂੰ ਵੀ ਪਵਾਉਂਦਾ ਵੋਟਾਂ ਭਾਜਪੀ ਨੂੰ ਵੀ ਪਵਾਉਂਦਾ ਵੋਟਾਂ ਲਈ ਉਹਦੇ ਕੋਲ ਸੁਣ ਸੁਣਾ ਹੈ ਜਿੱਤੇ ਕਰਕੇ ਸਾਨੂੰ ਇਨਸਾਫ ਨਹੀਂ ਮਿਲਦਾ ਉਹ ਸੁਣ ਸੁਣੇ ਨੂੰ ਸੁਖਵੀਰ ਬਾਦਲ ਉਹ ਨਹੀਂ ਚਿੰਬੜੇ ਸੀ ਜਿਹੜੇ ਅੱਜ ਸੜਕਾਂ ਤੇ ਫਿਰਦੇ ਨੇ ਇਹਨਾਂ ਦਾ ਪਾਇਰ ਕਿਉਂ ਨਹੀਂ ਲੱਗਦੇ ਇਹਨਾਂ ਨੂੰ ਬਿਮਾਰੀ ਉਹੀ ਪਈ ਹੋਈ ਹੈ ਕਿ ਇਹਨਾਂ ਨੇ ਲਾਇਨਾ ਬਣਾ ਬਣਾ ਕੇ ਗਏ ਨੇ ਅੱਜ ਵੀ ਦੇਖੋ ਸੁਖਵੀਰ ਦੀ ਇੰਟਰਵਿਊਆਂ ਲੋਕ ਜਦ ਚੜਾਉਂਦੇ ਨੇ ਮੈਂ ਤਾਂ ਕਹਿੰਦਾ ਵੀ ਸੱਚੇ ਪਾਤਸ਼ਾਹ ਨੇ ਕਿਰਪਾ ਕਰਤੀ ਅਸੀਂ ਬਚ ਗਏ ਕਿ ਅੱਜ ਲੀਡਰ ਦਾ ਬੋਲਿਆ ਹੋਇਆ ਸਾਹਮਣੇ ਲਿਆਂਦੇ ਨੇ ਜਦ ਇਹ ਕਿੱਥੇ ਉਹਨੇ ਮੌਬਾਦੀ ਕਿਹਾ ਸਿੱਖਾਂ ਨੂੰ ਜਦੋਂ ਅਸੀਂ ਬਰਗਾੜੀ ਮੋਰਚੇ 'ਚ ਬੈਠੇ ਸੀ ਕਦੇ ਸਾਨੂੰ ਕਾਸੇ ਨਾਲ ਜੋੜਦਿਆਂ ਕਰਨ ਕਦੇ ਕਾਸੇ ਨਾਲ ਉਹੀ ਹੁਣ ਕਿਸਾਨਾਂ ਨਾਲ ਹੋ ਰਿਹਾ ਕਿਸਾਨਾਂ ਨੂੰ ਵੀ ਸੁਖਵੀਰ ਇਹੀ ਕਹੀਗੇ ਕਿ ਕਿਸਾਨ ਉਹਨੂੰ ਨੱਪ ਕੇ ਰੱਖੋ ਪਰ ਅੱਜ ਗੁਰੂ ਦੀ ਕਿਰਪਾ ਹੈ ਕਿ ਸੱਚ ਸੱਚ ਝੂਠ ਝੂਠ ਹੋਣ ਕਰਕੇ ਇਹਨਾਂ ਨੂੰ ਰਾਗੜਾ ਸਾਰੀਆਂ ਪਾਰਟੀਆਂ ਨੂੰ ਲੱਗ ਰਿਹਾ ਜਿਨੇ ਗੁਰੂ ਦਾ ਇਨਸਾਫ ਨਹੀਂ ਕੀਤਾ ਸੋ ਲਈ ਸੌ ਦੁਬਾਰੇ ਸਿਆਸੀ ਸਮੀਕਰਨਾਂ ਤੇ ਆਵਾਂਗੇ ਬਠਿੰਡਾ ਲੋਕ ਸਭਾ ਸੀਟ ਖਾਸੀ ਹੋਟ ਮੰਨੀ ਜਾ ਰਹੀ ਹੈ ਬਹੁਤ ਅਹਿਮ ਸੀਟ ਹੈ ਬੀਬਾ ਹਰਸਿਮਰਤ कौर ਬਾਦਲ ਹੋਰੀ ਅਕਾਲੀ ਦਲ ਵੱਲੋਂ ਇੱਥੇ ਚੋਣ ਜਿੱਤਦੇ ਰਹੇ ਨੇ ਇਹ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਹੈ ਪਰ ਦੂਜੇ ਪਾਸੇ ਐਤਕੀ ਸਰਦਾਰ ਸਕੰਦਰ ਸਿੰਘ ਮਲੂਕਾ ਹੋਰਾਂ ਦੀ ਨੂਹ ਹੈ ਜਿਹੜੇ ਪਰਮਪਾਲ ਕੌਰ ਹੋਰੀ ਉਹ ਚੋਣ ਮੈਦਾਨ 'ਚ ਬੀਜੇਪੀ ਵੱਲੋਂ ਆ ਗਏ ਨੇ ਤਾਂ ਹੁਣ ਦੂਜੇ ਪਾਸੇ ਜੀਤ ਮਹਿੰਦਰ ਸਿੱਧੂ ਨੇ ਕਾਂਗਰਸ ਵੱਲੋਂ ਤਾਂ ਇਧਰ ਗੁਰਮੀਤ ਸਿੰਘ ਖੁੱਡੀਆਂ ਨੇ ਜਿਹੜੇ ਹਨਾ ਕੈਬਨਿਟ ਮਨਿਸਟਰ ਨੇ ਆਮ ਆਦਮੀ ਪਾਰਟੀ ਵੱਲੋਂ ਕੀ ਲੱਗਦਾ ਹੈ ਕਿ ਐਤਕੀ 1900ਖੀ ਹੋਊਗੀ ਅਕਾਲੀ ਦਲ ਨੂੰ ਇਹ ਸੀਟ ਕੱਢਣੀ ਜਾਂ ਨਹੀਂ ਕਿਉਂਕਿ ਪਹਿਲਾਂ ਤਾਂ ਕਾਂਗਰਸ ਅਤੇ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਹੋ ਅਕਾਲੀ ਦਲ ਦੇ ਵਿਚਾਲੇ ਮੁਕਾਬਲਾ ਹੁੰਦਾ ਸੀ ਹੁਣ ਐਤਕੀ ਆਮ ਆਦਮੀ ਪਾਰਟੀ ਵੀ ਕਿਤੇ ਨਾ ਕਿਤੇ ਉੱਥੇ ਖੁੱਡੀਆਂ ਸਾਹਿਬ ਕੋਈ ਛੋਟਾ ਚਿਹਰਾ ਨਹੀਂ ਹੈਗੇ ਇੱਕ ਚੰਗੀ ਛਵੀ ਆ ਉਹਨਾਂ ਦੀ ਦੂਜੇ ਪਾਸੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਰਮਪਾਲ ਕਰੋ ਹੋਰੀ ਜੋ ਮਲੂਕਾ ਪਰਿਵਾਰ ਚੋਂ ਨੇ ਮਲੂਕਾ ਪਰਿਵਾਰ ਤਾਂ ਆਪਣਾ ਕਾਢ ਰਿਹਾ ਹੈ ਕੀ ਲੱਗਦਾ ਹੈ ਕਿ ਉਸ ਦੇ ਨਾਲ ਅਕਾਲੀ ਦਲ ਨੂੰ ਝਟਕਾ ਲੱਗੂਗਾ ਇੱਕ ਗੱਲ ਕਲੀਅਰ ਹੈ ਇਹ ਸਵਾਲ ਸੌਖਾ ਹੈ ਕਾਰਨ ਹੈ ਹਾਰ ਦਾ ਉਹ ਹੁੰਦਾ ਜਿਹਦਾ ਘਰ ਫਟ ਜੇ ਅੱਜ ਘਰ ਪੀ ਦਾ ਫਟਿਆ ਬਾਦਲਾਂ ਦਾ ਉਹਨਾਂ ਦੇ ਮਲੂਕਾ ਉਹਨਾਂ ਦੇ ਭੂੰਦੜ ਜਿਹੜਾ ਟੇਡਾ ਜਿਹਾ ਹੋਇਆ ਬੈਠਾ ਹੈ ਇਹ ਸਾਰਾ ਜਿਹੜਾ ਟੋਲਾ ਹੈ ਇਹ ਸਾਰਾ ਬਾਦਲ ਦਲ ਚੋਂ ਗਿਆ ਹੈ ਬਾਦਲ ਦਲ ਚੋਂ ਜਾ ਕੇ ਇਹਨਾਂ ਨੇ ਪੁਰਾਣਾ ਨੌ ਮਾਸ ਦੇ ਰਿਸ਼ਤੇ ਵਾਲਿਆਂ ਚ ਜਾ ਰਹੇ ਨੇ ਇਹ ਤਾਂ ਮਲੂਕੇ ਦੀ ਨੂੰ ਕਾਂਗਰਸ ਜੁਆਇਨ ਕਰਦੀ ਫਿਰ ਤਾਂ ਆਪਾਂ ਮੰਨ ਲੈਂਦੇ ਵੀ ਗੁੱਸਾ ਹੈ ਬਈ ਇਹ ਗੁੱਸਾ ਨਹੀਂ ਹੈ ਇਹ ਤਾਂ ਹੁਣ ਇਹਨਾਂ ਨੇ ਅੰਦਰੂਨੀ ਦੇਖਣਾ ਹੈ ਵੀ ਰਾਜ ਸਭਾ ਦੀ ਸੀਟ ਲਈ ਕਿਹਨੂੰ ਟਿਕਾਉਂਦਾ ਤੇ ਇਸ ਦਾ ਪ੍ਰਧਾਨ ਮੰਤਰੀ ਕਿ ਤੂੰ ਠੰਡਾ ਰਹਿ ਇਹਨੂੰ ਜਿੱਤੇ ਹਉਣ ਦੇ ਇਹ ਤਾਂ ਇਮਾਨਦਾਰੀ ਦਾ ਪਰਮਪਾਲ ਚਾਹੀਦੀ ਹੋਈ ਉਹਨਾਂ ਨੂੰ ਵੀ ਇਹ ਮੈਂਬਰ ਪਾਰਲੀਮੈਂਟ ਬਣ ਕੇ ਆਵੇ ਫਿਰ ਤਾਂ ਹਰ ਸਿਮਰਤ ਦਾ ਫਤਿਹ ਬੁਲਾ ਦੇਣਗੇ ਕੋਈ ਨਹੀਂ ਤੇਰੇ ਘਰ ਵਾਲੇ ਜਾਂ ਤੈਨੂੰ ਰਾਜ ਸਭਾ ਚ ਲੈ ਲਾਂਗੇ ਇਹ ਬੜੀਆਂ ਗੇਮਾਂ ਖੇਡਣਗੇ ਉੱਥੇ ਬਹੁਤ ਤਾਕਰੀ ਲੜਾਈ ਵੀ ਅੱਜ ਤੱਕ ਕਿਤੇ ਨਹੀਂ ਕਹਿ ਸਕਦਾ ਸੀ ਬਠਿੰਡਾ ਦੇ ਲੋਕਾਂ 'ਚ ਕਿੱਥੇ ਹੁੰਦੀ ਹੁੰਦੀ ਹੈ ਜੀ ਸੰਘਰਸ਼ ਕਾਰਨ ਕੀ ਹੈ ਕਿ ਇਹ ਲੋਕਾਂ ਨੇ ਸੁਖਵੀਰ ਬਾਦਲ ਨੂੰ ਨਹੀਂ ਇਹ ਸੀਟ ਮਹਿੰਗੀ ਕਰੀ ਹੋਈ ਹੈ ਉੱਥੇ ਲੋਕਾਂ ਨੂੰ ਪਹਾੜੇ ਤੇ ਲਾਤਾ ਮਾਫ ਕਰਨ ਮੈਨੂੰ ਲੋਕ ਕਿ ਇਹ ਕਹਿੰਦੇ ਨੇ ਵੀ ਯਾਰ ਅਸੀਂ ਤਾਂ ਆਏ ਸਿੱਟਾ ਦੇ ਨੋਟਾਂ ਦਾ ਤੇ ਆਏ ਇਕੱਠੀ ਕਰ ਲੈਂਦੇ ਆ ਵੋਟਾਂ ਇਹਦੇ ਕਰਕੇ ਅੱਜ ਵੀ ਉਹਨਾਂ ਨੂੰ ਇਹੀ ਸੁਖਵੀਰ ਨੂੰ ਹੈ ਕਿ ਅਸੀਂ ਨੋਟਾਂ ਨਾਲ ਜਿੱਤ ਲਾਂਗੇ ਪਰ ਮੈਨੂੰ ਲੱਗਦਾ ਹੈ ਵੀ ਹੁਣ ਭਲੇਖੇ ਚ ਨੇ ਕੀ ਕੀ ਕਹਿੰਦੇ ਨੇ ਕਿਉਂਕਿ ਇਹ ਤੁਸੀਂ ਗੱਲ ਕਰ ਰਹੇ ਸੀ ਡੇਰੇ ਨਾਲ ਵੀ ਇਹਨਾਂ ਦੇ ਸਬੰਧ ਜੁੜਦੇ ਨੇ ਵੋਟਾਂ ਲੈਂਦੇ ਨੇ ਕਿ ਬਠਿੰਡਾ ਦਾ ਜਿਹੜਾ ਅੱਧ ਕੁਛ ਹਿੱਸਾ ਹੈ ਉਹ ਉਧਰੋਂ ਹਰਿਆਣੇ ਦੇ ਨਾਲ ਵੀ ਲੱਗਦਾ ਹੈ ਸਰਸਾ ਨਾਲ ਉੱਥੇ ਡੇਰੇ ਦਾ ਪ੍ਰਭਾਵ ਵੀ ਮੰਨਿਆ ਜਾਂਦਾ ਹੈ ਕਿ ਲੱਗਦਾ ਹੈ ਕਿ ਉਸ ਵੋਟ ਨੂੰ ਖਿੱਚਣ ਦੇ ਲਈ ਅਕਾਲੀ ਦਲ ਜਦੋਂ ਜਹਿਦ ਕਰੂਗਾ ਇਸ ਕਰਕੇ ਉਹ ਜਿੱਤ ਜਾਊਗਾ ਉੱਥੇ ਉਹਨਾਂ ਨੇ ਹੁਣ ਫੇਰ ਉਹੀ ਜਿਹੜਾ ਉਹਨੂੰ ਆਪਦਾ ਮੰਨੂਗਾ ਜੀ ਮੇਰਾ ਧਰਮ ਦਾ ਪਤਾ ਹੈ ਧਰਮ ਦੇ ਪਤਾ ਵਾਲੇ ਦੇ ਉਹਨਾਂ ਨੇ ਲੈ ਲੀਆਂ ਕੱਢਣੀਆਂ ਨੇ ਲੋਕਾਂ ਚ ਗੱਲ ਆ ਜੂਗੀ ਨਾ ਨਾ ਉਹ ਕੱਟਨੇ ਨਾ ਉਹ ਕੱਟਨੇ ਜੇ ਸੁਖਬੀਰ ਬਾਦਲ ਉਹਣੀ ਅੱਜ ਵੀ ਸ਼੍ਰੋਮਣੀ ਕਾਲੀ ਦਲ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਰਮੀਤ RAM ਹੀ ਦੇ ਸਰਸੇ ਵਾਲੇ ਦੇ ਖਿਲਾਫ ਆ ਇਮਾਨਦਾਰੀ ਨਾਲ ਲੜਨਾ ਚਾਹੁੰਦੇ ਹੋਏ ਫਿਰ ਕਿ ਇਸ ਤਪਿਆ ਹੁਣ ਅਸੀਂ ਤਾਂ ਰੌਲਾ ਪਾ ਪਾ ਕੇ ਜਿਹੜੇ ਜਿਹੜੇ ਮੁੱਦੇ ਬਾਦਲ ਦਲ ਨੂੰ ਉਠਾਉਣੇ ਚਾਹੀਦੇ ਨੇ ਜੇ ਸੱਚੇ ਸੀ ਉਹ ਅਠਾਤਾ ਸੀ ਰੇ ਜਿਨ੍ਹਾਂ ਨੂੰ ਤੁਸੀਂ ਅੱਤਵਾਦੀ ਵੱਖਵਾਦੀ ਦੇਸ਼ਟਰੋਹੀ ਕਹਿ ਕੇ ਤੁਹਾਡੀ ਸਰਕਾਰ ਦੇ ਮੋਕੇ ਅੰਦਰ ਬੰਦ ਕਰਦੇ ਨੇ ਅਸੀਂ ਵੀ ਖੜੇ ਆਂ ਵੀ ਅੱਜ ਵੀ ਵੀ ਬੇਅਦਮੀ ਵਾਲੇ ਦੋਸੀਆਂ ਨੂੰ ਫਾਂਸੀ ਲਾਓ ਇਹ ਕਿਉਂ ਨਹੀਂ ਕਹਿੰਦੇ ਜੀ ਇਹ ਨਾਮ ਨਹੀਂ ਲੈਂਦੇ ਨਾ ਬੇਅਦਮੀਆਂ ਦਾ ਲੈਂਦੇ ਨਾ ਬੰਦੀ ਸਿੰਘਾਂ ਦਾ ਨਾਮ ਲੈਂਦੇ ਨੇ ਜੇ ਆਹ ਉਹਰੇ ਤੁਹਾਡੇ ਮਹਾਲੀ ਮੋਰਚਾ ਚੱਲਦਾ ਉੱਥੇ ਦੱਸੋ ਵੀ ਇਹਨਾਂ ਦੀ ਕਿੰਨੀ ਕ ਹਾਜ਼ਰੀ ਹੈ ਨਹੀਂ ਆਉਂਦੇ ਕਾਰਨ ਕੀ ਹੈ ਕਿ ਇਹਨਾਂ ਲੋਕਾਂ ਦਾ ਮਨ ਸਾਫ਼ ਨਹੀਂ ਹੈ ਇਹ ਸਿਰਫ ਤਾਕਤ ਦੇ ਭੁੱਖੇ ਨੇ ਦੂਜੇ ਬੰਨੇ ਜਿਹੜੇ ਇਮਾਨਦਾਰੀ ਨਾਲ ਪੰਥ ਦੀ ਕੌਮ ਦੀ ਪੰਜਾਬੀਆਂ ਦੀ ਸੇਵਾ ਕਰਨ ਚਾਹੁੰਦੇ ਨੇ ਉਹ ਜ਼ਮੀਨ ਸਮਾਨ ਦਾ ਫਰਕ ਹੈ ਇੱਥੇ ਮਾਰ ਸਿਰਫ ਇੰਨੀਓ ਲੋਕਾਂ ਨੂੰ ਪੈ ਰਹੀ ਹੈ ਕਿ ਕਿਸਾਨ ਅੰਦੋਲਨ ਹੈਗਾ ਬੀਜੇਪੀ ਦੇ ਖਿਲਾਫ ਉਹਨਾਂ ਵਾਲਾ ਜਿਹੜਾ ਡਾਂਗ ਹੈ ਉਹ ਬੀਜੇਪੀ ਦੇ ਖਿਲਾਫ ਚੱਕੀ ਹੋਈ ਆ ਦੂਜੇ ਬੰਨੇ ਆਮ ਆਦਮੀ ਪਾਰਟੀ ਵਾਲੇ ਨੇ ਜਿਹੜੇ ਉਹਨਾਂ ਨੇ ਜਿਹੜੇ 2 ਸਵਾ 2 ਸਾਲ ਮਿਲੇ ਨੇ ਉਹਨਾਂ ਨੂੰ ਉਹਨਾਂ 'ਚ ਰਿਜ਼ਲਟ ਨਹੀਂ ਉਹਨਾਂ ਤੋਂ ਚੰਗੇ ਆਏ ਰਿਜ਼ਲਟ ਰਹੇਗੇ 0 ਉਹ ਸੁਪਰੀਮੋ ਦੇ ਪਿੱਛੇ ਬਾਹਰੇ ਜਹਾਜ਼ ਭਜਾਈ ਫਰੀਂ ਗਿਆ ਸਾਡਾ ਮੁੱਖ ਮੰਤਰੀ ਇੱਧਰ ਧਿਆਨ ਨਹੀਂ ਦਿੱਤਾ ਇੱਥੇ ਬੇਲਗਾਮ ਹੋ ਗਿਆ ਸਾਰਾ ਸਿਸਟਮ ਪ੍ਰਸ਼ਾਸਨ ਦਾ ਇਹਨਾਂ ਦੇ ਤਾਂ ਲੈ ਲੜੀਆਂ ਕਰਦੇ ਨੇ ਮੰਤਰੀ ਐਮ ਐਲ ਏ ਜਿਹਦੇ ਕਰਕੇ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਲੋਕਾਂ ਨੂੰ ਕੋਈ ਜਿਹੜੀਆਂ ਗ੍ਰਾਂਟਾਂ ਜਾਂ ਹੋਰ ਇਹ ਰਿਜ਼ਲਟ ਨਹੀਂ ਆਏ ਉਹਦੇ ਕਰਕੇ ਮਾਰ ਪੈਗੀ ਪਤਾ ਨਹੀਂ ਹੁਣ ਕੀ ਹੋਣਾ ਕੀ ਨਹੀਂ ਪਰ ਮੈਨੂੰ ਲੱਗਦਾ ਹੈ ਵੀ ਵੋਟਰ ਸਿਆਣਾ ਰਿਜ਼ਲਟ ਚੰਗਾ ਹੀ ਆਏ ਸੋ ਜੀ ਸਭ ਮੈਂ ਸੰਗਰੂਰ ਸੀਟ ਦਾ ਵੀ ਜ਼ਿਕਰ ਕਰੂੰਗਾ ਸੰਗਰੂਰ ਸੀਟ ਵੀ ਹੌਟ ਸੀਟ ਹੈ ਖਾਸੀ ਅਹਿਮ ਹੈ ਵੀ ਇੱਕ ਪਾਸੇ ਸਿਮਰਨਜੀਤ ਸਿੰਘ ਮਾਨ ਹੋਰੀ ਨਿਸ਼ਨ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜੋ ਮੌਜੂਦਾ ਐਮਪੀ ਨੇ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਜਿਸ ਦਾ ਗੜ ਮੰਨਿਆ ਜਾਂਦਾ ਹੈ ਤੀਜੇ ਨੰਬਰ ਤੇ ਸੁਖਪਾਲ ਸਿੰਘ ਖਹਿਰਾ ਕਾਂਗਰਸ ਵੱਲੋਂ ਆ ਗਏ ਨੇ ਇੱਥੇ ਹੁਣ ਚਰਚਾਵਾਂ ਇਹ ਛਿੜ ਚੁੱਕੀਆਂ ਨੇ ਕਿ ਸੋਸ਼ਲ ਮੀਡੀਆ ਤੇ ਜੋ ਚਰਚਾ ਆ ਮਾਨੇ ਮੈਂ ਉਹਦਾ ਜ਼ਿਕਰ ਕਰ ਰਿਹਾ ਕਿ ਸੁਖਪਾਲ ਸਿੰਘ ਖੈਰਾ ਨੂੰ ਜਾਣ ਬੁੱਝ ਕੇ ਭੇਜਿਆ ਗਿਆ ਤਾਂ ਜੋ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਵੋਟ ਨੂੰ ਤੋੜਿਆ ਜਾ ਸਕੇ ਤਾਂ ਜੋ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ ਦੂਜੇ ਪਾਸੇ ਕਾਂਗਰਸ ਨੂੰ ਲੈ ਕੇ ਬਠਿੰਡਾ ਸੀਟ ਨੂੰ ਵੀ ਇਹੀ ਕਿਹਾ ਜਾ ਰਿਹਾ ਕਿ ਜੀਤ ਮਹਿੰਦਰ ਸਿੱਧੂ ਹੋਰਾਂ ਨੂੰ ਇਸ ਕਰਕੇ ਖੜਾ ਕਰ ਦਿੱਤਾ ਗਿਆ ਤਾਂ ਜੋ ਉੱਥੇ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੂੰ ਜਿਤਾ ਦਿੱਤਾ ਜਾਵੇ ਜਾਂ ਕਹਿ ਸਕਦੇ ਹਾਂ ਹਰਸਿਮਰਤ ਕੋਰ ਹੋਰ ਬਾਦਲ ਹੋਰਾਂ ਨੂੰ ਹਰਉਣ ਵਿੱਚ ਮਦਦ ਮਿਲ ਸਕੇ ਕਿ ਕਿੰਨੀ ਕਿ ਸੱਚਾਈ ਹੈ ਇਹਨਾਂ ਗੱਲਾਂ ਦੇ ਵਿੱਚ ਜੋ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਜਿਹੜਾ ਤਾਂ ਸੁਖਪਾਲ ਖਹਿਰਾ ਦੀ ਤੁਸੀਂ ਗੱਲ ਕਰਦੇ ਹੋ ਸੁਖਪਾਲ ਖਹਿਰਾ ਪਹਿਲਾਂ ਪਾਰਲੀਮੈਂਟ ਦੀ ਚੋਣ ਪਠੰਡੇ ਤੋਂ ਲੜ ਕੇ ਹਟਿਆ ਜਿੱਦਾਂ ਪਹਿਲਾਂ ਉੱਥੋਂ ਦਾ ਝੋਲਾ ਭਰ ਗਿਆ ਵੋਟਰਾਂ ਨਾਲ ਫਿਰ ਤਾਂ ਸੰਗਰੂਰ ਵਾਲੇ ਵੀ ਭਰ ਦੇਣਗੇ ਜੁੜਮੀ ਸੀਟ ਹੀ ਆ ਨਾ ਬਿਲਕੁਲ ਜੇ ਉੱਥੋਂ ਸਖਪਾਲ ਖੈਰਾ ਉਹਨਾਂ ਨੇ ਦੜਾਇਆ ਸੰਗਰੂਰ ਵਾਲੇ ਬੜੇ ਪੱਕੇ ਨੇ ਜੀ ਸੰਗਰੂਰ ਵਾਲੇ ਨੇ ਨਹੀਂ ਬਾਹਰਲੇ ਬੰਦੇ ਨੂੰ ਮੂੰਹ ਲਾਉਣਾ ਇਹਨੇ ਲੜਨਾ ਹੁੰਦਾ ਇਹ ਇੱਧਰ ਲੜਨ ਦਾ ਸੀਟਾ ਕਿੰਨੀਆਂ ਨੇ ਇਹ ਇਹ ਪਤਾ ਨਹੀਂ ਕੀ ਸੋਚ ਆ ਸਖਪਾਲ ਖੈਰੇ ਦੀ ਪਹਿਲਾਂ ਤਾਂ ਇਹ ਦੇਖੋ ਤੁਸੀਂ ਹੈਰਾਨ ਹੋਵੋਗੇ ਪਹਿਲੀ ਵਾਰ ਹੋ ਰਿਹਾ ਹੈ ਕਿ ਇਹ ਭਾਜਪਾ ਆਪਣੇ ਆਮ ਵਾਲੇ ਤਾਂ ਇਹ ਕੰਮ ਕਰੇ ਰਹੇ ਨੇ ਵੀ ਆਪਣੇ ਮੰਤਰੀ ਐਮਐਲਏ ਨੂੰ ਖੜਾਤਾ ਇਹਨਾਂ ਕੋਲ ਤਾਂ ਪਹਿਲੀ ਵਿਰੋਧੀ ਤੇ ਲੀਡ ਮਸਾਂ ਪੂਰੇ ਹੁੰਦੇ ਨੇ ਮੈਂਬਰ ਵਿધાન ਸਭਾ ਚ ਫੇ ਸਖਪਾਲ ਖੈ ਰਹੇ ਹੋਣੀ ਕਿਹੜੀ ਖੁਸ਼ੀ ਚ ਬਈ ਇਹ ਕਿੱਥੋਂ ਆ ਗਏ ਇਹ ਕਾਰਨ ਕੀ ਹੈ ਕਿ ਸਿਰਫ ਸਮਝੌਤਿਆਂ ਦਾ ਰੌਲਾ ਕੋਈ ਭਾਜਪਾ ਨਾਲ ਕਰੀ ਫਿਰਦਾ ਕੋਈ ਕੋਈ ਕਿਸੇ ਨਾਲ ਕਰੀ ਫਿਰਦਾ ਕੋਈ ਕਿਸੇ ਨਾਲ ਸਮਝੌਤਾ ਐਕਸਪ੍ਰੈਸ ਹੈ ਸਮਝੌਤੇ ਨੂੰ ਲੋਕ ਸਮਝ ਗਏ ਨੇ ਸਾਡੀ ਇਹ ਸੋਚ ਇਹ ਹੈ ਵੀ ਸਰਦਾਰ ਸੇਵਰਜੀ ਸਿੰਘ ਮਾਨ ਜਿਹੜਾ ਸਿਟਿੰਗ ਉੱਥੇ ਮੈਂਬਰ ਪਾਰਲੀਮੈਂਟ ਹੈ ਉਹਨੇ ਜੋ ਲੋਕਾਂ 'ਚ ਪਤਾ ਲੱਗ ਰਿਹਾ ਸਾਨੂੰ ਪਤਾ ਲੱਗਦਾ ਮੇਰੇ ਲੱਗੇ ਹੀ ਲੱਗਦੇ ਆ ਸੀ ਨਾਪਾ ਲੱਗੇ ਆ ਕਿ ਉਹਨੇ ਗਰਾਂਡਾ ਬੰਦੀਆਂ ਨੇ ਠੋਕ ਕੇ ਕਲਬਾਂ ਨੂੰ ਕੀ ਹੋਰਾਂ ਨੂੰ ਲੋਕ ਇੱਥੇ ਖੜੇ ਨੇ ਵੀ ਯਾਰ ਇਹ 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 ਬੰਦਾ ਇਹ ਕੋਈ ਚਾਹੇ ਦਾ ਇਹਨੂੰ ਗਰਮ ਖਿਆਲੀ ਕਹੋ ਕੁਛ ਕਹੋ ਪਰ ਜਿੱਥੇ ਇਹ ਖੜਾ ਸਟੈਂਡ 'ਲਿੰ ਖੜਾ ਕਿ ਉਹ ਰਿਜ਼ਲਟ ਲੋਕ ਸਿਮਰਜੀਤ ਮਾਨ ਦੀ ਝੋਲੀ ਚ ਪਾਉਣਗੇ ਆ ਦੂਜਿਆਂ ਨੇ ਉੜਿਆ ਆਣਾ ਸਾਰਿਆਂ ਨੇ ਜੀ ਖੈਰਾ ਖੈਰਾ ਸਾਹਿਬ ਦੀ ਆਪਾਂ ਗੱਲ ਕਰੀਏ ਤਾਂ ਖੈਰਾ ਸਾਹਿਬ ਨੂੰ ਸਭ ਤੋਂ ਵੱਧ ਜੇਕਰ ਗੱਲ ਕੀਤੀ ਜਾਵੇ ਕਿਸਾਨ ਵੋਟ ਹੈ ਕਿਤੇ ਨਾ ਕਿਤੇ ਉਹ ਜ਼ਿਆਦਾ ਮਿਲਦੀ ਹੈ ਹਨਾ ਸੁਭਾਵਿਕ ਹੈ ਸਿੱਖ ਵੋਟ ਵੀ ਉਹਨਾਂ ਨੂੰ ਮਿਲਦੀ ਹੈ ਕਿਉਂਕਿ ਯੂਆਪਾ ਦੇ ਤਹਿਤ ਕੇਸ ਸੀ ਜਿਹੜੇ ਉਹਨਾਂ ਦੇ ਖਿਲਾਫ ਉਹ ਬੋਲਦੇ ਰਹੇ ਤਾਂ ਕਿਤੇ ਨਾ ਕਿਤੇ ਉਹ ਭਾਵਨਾ ਵਾਲੇ ਲੋਕ ਵੀ ਉਹਨਾਂ ਨਾਲ ਜੁੜੇ ਹੋਏ ਨੇ ਦੂਜੇ ਪਾਸੇ ਸਿਮਰਜੀਤ ਸਿੰਘ ਮਾਨ ਹੋਰੀ ਉਹਨਾਂ ਨਾਲ ਵੀ ਜਿਹੜੀ ਸਿੱਖ ਵੋਟ ਹੈ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਜੁੜੀ ਹੋਈ ਹੈ ਹੋਰ ਹੋਰ ਵਰਗ ਦੇ ਨਾਲੋਂ ਹਾਲਾਂਕਿ ਚਲੋ ਸਾਰੇ ਵਰਗ ਪਾਉਂਦੇ ਨੇ ਕੋਈ ਕੈਂਡੀਡੇਟ ਹੁੰਦੇ ਨੇ ਪਰ ਲੱਗਦਾ ਨਹੀਂ ਕਿ ਉਸ ਚੀਜ਼ ਦੇ ਨਾਲ ਖੈਰਾ ਸਾਹਿਬ ਦੇ ਆਉਣ ਨਾਲ ਉਹ ਚੀਜ਼ ਨੂੰ ੱਤਕਾ ਲੱਗੂਗਾ ਮਾਨ ਸਾਹਿਬ ਦੀ ਵੋਟ ਨੂੰ ਸਫਪਾਲ ਖੈਰਾ ਮਾਨ ਦੀ ਵੋਟ ਕਿੱਥੋਂ ਤੋੜ ਲੂ ਜਿਹੜਾ ਮੁਸਲਮਣ ਭਰਾ ਨੇ ਮੁਸਲਮਣ ਭਰਾ ਮਾਨ ਤੋਂ ਬਿਨਾਂ ਬਾਹਰ ਹੀ ਨਹੀਂ ਜਾਂਦੇ ਮਲੇ ਕੋਟ ਵਾਲਾ ਸਾਰਾ ਉਹੀ ਪਹਿਲਾਂ ਮਾਨ ਨੂੰ ਜਿਤਾਉਂਦੇ ਨੇ ਹੁਣ ਵੀ ਉਹੀ ਜਿਤਾਉਣਗੇ ਦੂਜਿਆਂ 'ਚੋਂ ਜੇ ਬਰਾਬਰ-ਬਰਾਬਰ ਵੀ ਸਰਦਾਰ ਮਾਨ ਤੁਰਿਆ ਆਉਂਦਾ ਮਲੇ ਕੋਟ ਵਾਲੇ ਆ ਕੇ ਉਹ ਅੱਪ ਕਰ ਦਿੰਦੇ ਨੇ ਉੱਥੇ ਜਾ ਕੇ ਸਫਪਾਲ ਖੈਰਾ ਉਹਨਾਂ ਕੋਲ ਕੱਖ ਨਹੀਂ ਹੈ ਸਾਈਕਲਲੀ ਇੱਕ ਮਾਇ ਜੋ ਸੋਚਦਾ ਕਿ ਕਈ ਨਾਮ ਪਰ ਬੁਲਾ ਰਹੇ ਸੀ ਵੱਡੇ ਜਿਨ੍ਹਾਂ ਨੇ ਪਹਾਸਨ ਤੇ ਇਹ ਲੋਕਾਂ ਨੂੰ ਬੰਨ ਕੇ ਖੜਾ ਹੰਦੇ ਹੁੰਦੇ ਉਹਨੇ ਚ ਯਾਦ ਕਰੋ ਤੁਸੀਂ ਜਗਮੀਤ ਸਿੰਘ ਬਰਾੜ ਨੂੰ ਬਲਵੰਤ ਸਿੰਘ ਰਾਮੂ ਵਾਲੀਏ ਨੂੰ ਅਨੇਕਾਂ ਗੜਤੀ ਦੇ ਜਿਹੜੇ ਲੋਕ ਨੇ ਪਰ ਅੱਜ ਉਹਨਾਂ ਦਾ ਹਾਸਰ ਦੇਖ ਲਓ ਲੋਕ ਪਹਾਸਨ ਨਾਲ ਸੁਖਪਾਰ ਖੈਰੇ ਨੂੰ ਕਹਿ ਸਕਦੇ ਨੇ ਵੀ ਆਂ ਦਾਬ ਨਾ ਬੋਲਦਾ ਫਲਾਣਾ ਕਰਦਾ ਪਰ ਗਰਾਊਂਡ ਲੈਵਲ ਤੇ ਉਦੋਂ ਪਤਾ ਲੱਗਦਾ ਜਦੋਂ ਜਿਵੇਂ ਆਪਾਂ ਕਬੱਡੀ ਖੇਡਣ ਜਾਂਦੇ ਨਾ ਜਦੋਂ ਉੱਥੇ ਟੀਮਾਂ ਦੋਨੇ ਐਂਟਰੀ ਕਰ ਜਾਂਦੀਆਂ ਨੇ ਕਬੱਡੀ ਪੈਂਦੀ ਆ ਫੇਰ ਪਤਾ ਲੱਗਦਾ ਹੈ ਵੀ ਸਟਾਪਰ ਕਿਵੇਂ ਲੱਤਾਂ ਫੜ ਕੇ ਉੱਥੀ ਠੋਕ ਲੈਂਦਾ ਹੁੰਦਾ ਛਾਲਾ ਮਾਰਦੇ ਸਾਰੀ ਦੀਂਦੇ ਹੁੰਦੇ ਨੇ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਸਪਾਲ ਸਿੰਘ ਖਹਿਰਾ ਕਦ ਕੱਢ ਕੇ ਇਹਨਾਂ ਨੂੰ ਭੁਲੇਖਾ ਸੀ ਵੀ ਸਾਨੂੰ ਕਾਂਗਰਸ ਵਾਲਿਆਂ ਨੂੰ ਪ੍ਰੋਬਲਮ ਖੜੀ ਕਰੀ ਸਕਦਾ ਉਹਦੇ ਕਰਕੇ ਉਹਨੂੰ ਨੱਪਣ ਦੇ ਲਈ ਉੱਥੇ ਠੋਕ ਕੇ ਲਿਆ ਕੇ ਠੀਕ ਹੈ ਸੋਲੀ ਸਾਹਿਬ ਸੁਖਦੇਵ ਸਿੰਘ ਢਿੰਡਸਾ ਇਹ ਵੀ ਸੰਗਰੂਰ ਹਲਕੇ ਨਾਲ ਸੰਬੰਧ ਰੱਖਦੇ ਨੇ ਸਮ ਇਹ ਖਬਰਾਂ ਆ ਰਹੀਆਂ ਨੇ ਕਿ ਅਕਾਲੀ ਦਲ ਤੋਂ ਦੁਬਾਰਾ ਨਾਰਾਜ਼ ਹੋ ਗਏ ਨੇ ਸੁਖਦੇਵ ਸਿੰਘ ਢੀਡਸਾ ਜਾਂ ਢੀਡਸਾ ਪਰਿਵਾਰ ਟਿਕਟ ਨਹੀਂ ਮਿਲੀ ਚੁੰਦਾ ਹੋਰਾਂ ਨੂੰ ਉਥੋਂ ਟਿਕਟ ਦੇ ਦਿੱਤੀ ਗਈ ਹੈ ਤਾਂ ਹੁਣ ਇਹ ਵੀ ਖਬਰ ਆਈਆਂ ਕਿ ਸੁਖਦੇਵ ਸਿੰਘ ਢੀਡਸਾ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਵਰਕਰ ਚਾਹੁੰਦੇ ਨੇ ਕਿ ਅਸੀਂ ਆਜ਼ਾਦ ਚੋਣ ਲੜੀਏ ਅਸੀਂ ਅਕਾਲੀ ਦਲ ਨੂੰ ਸਮਰਥਨ ਨਹੀਂ ਕਰਾਂਗੇ ਪਰ ਉਹਨਾਂ ਨੇ ਨਾਲ ਇਹ ਵੀ ਖਬਰ ਆਈ ਹੈ ਕਿ ਕਿਹਾ ਹੈ ਕਿ ਅਸੀਂ ਅਕਾਲੀ ਸੀ ਤੇ ਅਕਾਲੀ ਰਹਾਂਗੇ ਢੀਡਸਾ ਪਰਿਵਾਰ ਵੱਲੋਂ ਇਹ ਨਾਰਾਜ਼ਗੀਆਂ ਕਿਉਂ ਕਿਉਂਕਿ ਸੁਖਬੀਰ ਬਾਦਲ ਵੀ ਇੱਕ ਦਿਨ ਰਾਤ ਨੂੰ ਮਨਾਉਣ ਦੇ ਲਈ ਸੁਖਦੇਵ ਸਿੰਘ ਢੀਡਸਾ ਹੋਰਾਂ ਦੇ ਘਰ ਪਹੁੰਚਦੇ ਕਿਓਂ ਇਹ ਨਾਰਾਜ਼ਗੀਆਂ ਨੇ ਜਿਹੜੀਆਂ ਵਾਦੀਆਂ ਜਾ ਰਹੀਆਂ ਨੇ ਕਿਉਂ ਅਕਾਲੀ ਦਲ ਦੀ ਜਿਹੜੀ ਪਕੜ ਹੈ ਉਹ ਲੀਡਰਸ਼ਿਪ ਤੇ ਕਮਜ਼ੋਰ ਹੁੰਦੀ ਜਾ ਰਹੀ ਹੈ ਕਿਉਂਕਿ ਢੀਡਸਾ ਪਰਿਵਾਰ ਦਾ ਟੁੱਟਣਾ ਇੱਕ ਵੱਡਾ ਝਟਕਾ ਕਹਿ ਸਕਦੇ ਆ ਕਿਉਂਕਿ ਸੰਗਰੂਰ ਹਲਕੇ 'ਚ ਉਹਨਾਂ ਦਾ ਇੱਕ ਨਾਮ ਰਿਹਾ ਹੈ ਰਸੂਖ ਰਿਹਾ ਹੈ ਅਕਾਲੀ ਦਲ ਨੂੰ ਲੈ ਕੇ ਸਰਦਾਰ ਸੁਖਦੇਵ ਸਿੰਘ ਢੀਡਸਾ ਤੁਸੀਂ ਕੱਲੇ ਸੰਗਰੂਰ ਦੀ ਗੱਲ ਕਰਦੇ ਹੋ ਮੈਂ ਉਹ ਇਨਸਾਨ ਨੂੰ ਇਹ ਕਹਿ ਰਿਹਾ ਵੀ ਉਹਨੇ ਸਾਰੀ ਉਮਰ ਲਾਈ ਆ ਸਰਦਾਰ ਬਾਦਲ ਨਾਲ ਭੂੰਦੜ ਤੇ ਢੀਡਸੇ ਦੀ ਜੋੜੀ ਹੁੰਦੀ ਸੀ ਉਹਦੇ ਕਰਕੇ ਉਹਦਾ ਮਾਲ ਵਿੱਚ ਸਾਰੇ ਥੋੜਾ ਥੋੜਾ ਕਿਤੇ ਨਾ ਕਿਤੇ ਹਰ ਸੀਟ ਤੇ ਆਧਾਰ ਆ। ਉਹ ਵੋਟਾਂ ਨੂੰ ਡੈਂਟ ਪਾਊਗਾ। ਪਰ ਮੈਨੂੰ ਦੁੱਖ ਨਾ ਇਹ ਆਉਂਦਾ ਵੀ ਬਜ਼ੁਰਗ ਬੰਦਾ ਟਾਪਲਾ ਕਿਉਂ ਖਾ ਗਿਆ? ਜੇ ਡਾਂਗ ਲੈ ਕੇ ਸਟੈਂਡ ਨਾਲ ਖੜਾ ਰਹਿੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਗੱਲਾਂ 'ਚ ਨਾ ਆਉਂਦਾ। ਉਹਨੇ ਤਾਂ ਰਲੇਮਾ ਨਾ ਕਰਦਾ ਅੱਜ ਰਿਜ਼ਲਟ ਹੋਰ ਹੁੰਦੇ ਪਰ ਅੱਜ ਵੀ ਕਿਤੇ ਦੁਬਾਰਾ ਨਾ ਇਹ ਜੀ ਗਲਤੀ ਢੀਂਡ ਸਾਹਿਬ ਕਰ ਲੈਣਾ। ਉਥੋਂ ਮਾਰ ਪਊਗੀ। ਜਿਵੇਂ ਅੱਜ ਬਰਨਾਲਾ ਪਰਿਵਾਰ ਵੀ ਹੋਰ ਲੋਕ ਵੀ ਢੀਂਡ ਸਾਹਿਬ ਦੇ ਕਹਿੰਦੇ ਨੇ ਵੀ ਤਾਕੜੇ ਹੋ ਕੇ ਪੈਜੋ ਉਹਨਾਂ ਦੀ ਹੋਂਦ ਤਾਂ ਰਹਿੰਦੀ ਐ ਕਿ ਉਹ ਇਹ ਫੈਸਲਾ ਇਹੋ ਜਿਹਾ ਵਧੀਆ ਲੈਣ ਜਿਹਦੇ ਨਾਲ ਜਿਹੜਾ ਉਹਨਾਂ ਦਾ ਅੱਜ ਸਾਰਿਆਂ ਨਾਲੋਂ ਇੱਕ ਮੈਨੂੰ ਕੋਈ ਬਜ਼ੁਰਗ ਲੀਡਰ ਇਹ ਗੱਲ ਕਹਿੰਦਾ ਹੁੰਦਾ ਕਹਿੰਦਾ ਕਾਮਜਬ ਉਹ ਸ਼کاری ਹੁੰਦਾ ਜਿਹੜਾ ਮੱਛੀ ਦੀ ਅੱਖ ਤੇ ਨਿਸ਼ਾਨਾ ਲਾਵੇ ਅੱਜ ਮੱਛੀ ਦੀ ਅੱਖ ਹੈ ਜਿਹੜੀ ਉਹਦੀ ਸੁਖਵੀਰ ਬਾਦਲਾ ਜੇ ਉਹਨੇ ਬਾਦਲਾ ਲੈਣਾ ਫੇਰ ਡਟ ਕੇ ਸਰਵੇਖਣ ਕਰਾਵੇ ਕਿ ਮੈਂ ਮੁੰਡੇ ਨੂੰ ਖੜਾ ਕੇ ਇਹਨਾਂ ਦੀ ਢੂ ਲਵਾਉਣ ਚ ਕਾਮਯਾਬ ਹੁੰਨਾ ਜਾਂ ਬਾਹਰੋਂ ਰਹਿ ਕੇ ਲਵਾਉਣ ਚ ਕਾਮਯਾਬ ਹੁੰਨਾ ਉਹ ਤਾਂ ਇਹਦੇ ਹਾਲਾਤ ਕਾਮਯਾਬ ਰਹਿ ਸਕਦੇ ਨੇ ਬਰਨਾ ਜਿਵੇਂ ਹੁਣ ਰਗੜਿਆ ਅੱਗੇ ਐਸਜੀਪੀਸੀਆਊ ਵਿਧਾਨ ਸਭਾ ਵੀ ਆਊਗੀ ਇਹੀ ਸੁਖਵੀਰ ਨੇ ਫੇਰ ਬਿਲਕੁਲ ਐ ਨਹੀਂ ਬਜ਼ੁਰਗ ਨੂੰ ਉੱਠਣ ਦੇਣਾ ਹੁਣ ਠੋਕ ਕੇ ਖੜ ਚਵੇ ਪਰ ਮੈਨੂੰ ਨਹੀਂ ਲੱਗਦਾ ਮੈਂ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜਦੀ ਹੁੰਦੀ ਜਿਹੜੇ ਲੀਡਰ ਨੇ ਇੰਨੀ ਕਮਜ਼ੋਰੀ ਦਿਖਾਉਂਦੇ ਨੇ ਉਹਨਾਂ ਤੇ ਯਕੀਨ ਨਹੀਂ ਕਰ ਸਕਦਾ ਪਰ ਫੇਰ ਵੀ ਮੈਂ ਕਹਿੰਦਾ ਵੀ ਕਲਗੀਆਂ ਵਾਲਾ ਕਿਰਪਾ ਕਰੇ ਇਹ ਬਜ਼ੁਰਗ ਨੂੰ ਤਾਕੜਾ ਕਰੇ ਤਾਂ ਕਿ ਇਹ ਅੱਜ ਕੌਮ ਤੇ ਪੰਥ ਦੀ ਗੱਲ ਤਾਂ ਤੁਰਦੀ ਹੈ ਜੇ ਅੱਜ ਅਸੀਂ ਸਾਰੇ ਇਹ ਸੋਚ ਕੇ ਤੁਰਦਿਆਂ ਕਿ ਪੰਥਕ ਲੋਕ ਭੇਜਣੇ ਨੇ ਜਿਹੜੇ ਆ ਬਹਰੂਪੀਏ ਨੇ ਇਹਨਾਂ ਤੋਂ ਬਚਾ ਲੈਣ ਸੋ ਜੀ ਸਭ ਬੇਅਦਬੀ ਦੀਆਂ ਘਟਨਾਵਾਂ ਦਾ ਜ਼ਿਕਰ ਆਪਾਂ ਕਰ ਰਹੇ ਸੀਗੇ ਬੇਅਦਬੀ ਦੀਆਂ ਘਟਨਾਵਾਂ ਪਹਿਲਾਂ ਵਾਪਰੀਆਂ ਠੀਕ ਹੈ ਅਕਾਲੀ ਦਲ ਦੇ ਸਮੇਂ ਵਾਪਰੀਆਂ ਅਕਾਲੀ ਦਲ ਘਿਰਿਆ ਅਕਾਲੀ ਦਲ ਨੂੰ ਜਾਂ ਕਹਿ ਸਕਦੇ ਆ ਬਾਦਲ ਪਰਿਵਾਰ ਹੋਰਾਂ ਨੂੰ ਉਹਨਾਂ ਨੂੰ ਝਟਕਾ ਵੀ ਮਿਲਿਆ ਲੋਕਾਂ ਨੇ ਵੋਟ ਨਹੀਂ ਪਾਈ ਸੱਤਾ ਤੋਂ ਬਾਹਰ ਹੋਈ ਪਾਰਟੀ ਤਾਂ ਸਾਰਾ ਪਰਿਵਾਰ ਵੀ ਕਿਤੇ ਨਾ ਕਿਤੇ ਉਹ ਹੋਇਆ ਨਾਮੋਸ਼ੀ ਦਾ आलम ਚੱਲਣਾ ਪਿਆ ਉਹਨਾਂ ਨੂੰ ਪਰ ਬੇਅਦਬੀ ਦੀਆਂ ਘਟਨਾਵਾਂ ਹੁਣ ਵੀ ਨਹੀਂ ਰੁਕ ਰਹੀਆਂ ਪਿਛਲੇ ਦਿਨੀ ਮੁਕੇਰੀਆਂ ਦੇ ਨਜ਼ਦੀਕ ਸੁਣਨ ਚਾਹੇ ਖਬਰ ਆਈ ਹੈ ਤਾਂ ਦੂਜੇ ਨੰਬਰ ਤੇ ਸਨੌਰ ਨਾਲ ਲੱਗੇ ਇਹ ਇੱਥੇ ਵੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਇਹ ਤੋਂ ਪਹਿਲਾਂ ਹੋਰ ਬਹੁਤ ਸਾਰੀਆਂ ਘਟਨਾਵਾਂ ਆਈਆਂ ਇਹ ਸਿਲਸਲਾ ਕਿਉਂ ਨਹੀਂ ਰੁਕ ਰਿਹਾ ਕੀ ਇਸ ਪਿੱਛੇ ਕੋਈ ਸਿਆਸਤ ਹੈ ਜਾਂ ਫਿਰ ਵਾਕਈ ਕੋਈ ਸਹਿਸੁਭਾਵਕ ਕੀ ਹੀ ਕੋਈ ਜਿਵੇਂ ਅਕਸਰ ਘਟਨਾ ਸਾਹਮਣੇ ਆਉਂਦੀ ਹੈ ਤਾਂ ਕਹਿ ਦਿੰਦੇ ਨੇ ਮਾਨਸਿਕ ਰੋਗੀ ਸੀ ਇਹ ਮਾਨਸਿਕ ਰੋਗੀ ਨੇ ਜਾਂ ਫਿਰ ਕੋਈ ਸਿਆਸਤ ਹੈ ਇਹਦੇ ਬਾਰੇ ਹਾਲੇ ਕੋਈ ਕਲੀਅਰ ਨਹੀਂ ਹੋ ਰਿਹਾ ਤੇ ਨਾ ਹੀ ਇਨਸਾਫ ਮਿਲ ਰਿਹਾ ਹੈ ਇਹ ਫਿਰ ਰੁਕਣ ਗਿਆ ਕਿਵੇਂ ਘਟਨਾਵਾਂ ਇਹ ਤਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਨੇ ਕਿਉਂਕਿ ਹੁਣ ਉਸ ਤਰ੍ਹਾਂ ਦਾ ਰੋਹ ਵੀ ਹੈ ਜਿਹੜਾ ਲੋਕਾਂ 'ਚ ਉਹ ਦੇਖਣ ਨੂੰ ਨਹੀਂ ਮਿਲਦਾ ਦੁਬਾਰਾ ਜਦੋਂ ਪਹਿਲਾਂ ਹੋਈਆਂ ਬੇਅਦਬੀਆਂ ਲੋਕਾਂ 'ਚ ਰੋਹ ਸੀ ਹੁਣ ਜਦੋਂ ਰੋਜ਼ਾਨਾ ਹੀ ਜਿਹਾ ਘਟਨਾਵਾਂ ਆਉਂਦੀਆਂ ਤਾਂ ਲੋਕ ਵੀ ਕਿਤੇ ਨਾ ਕਿਤੇ ਘੱਟ ਬੋਲ ਰਹੇ ਨੇ ਕਿ ਲੱਗਦਾ ਹੈ ਕਿ ਹੁਣ ਉਸ ਤਰ੍ਹਾਂ ਦਾ ਮੁੱਦਾ ਨਹੀਂ ਰਿਹਾ ਜਿਵੇਂ ਪਹਿਲਾਂ ਸੀ ਇਹ ਅਸਲ ਬੱਚਿਆਂ ਨੇ ਟੀਚਰ ਨੂੰ ਦੇਖਣਾ ਹੁੰਦਾ ਕਿ ਸਾਡਾ ਟੀਚਰ ਹੈ ਜਿਹੜਾ ਸਾਨੂੰ ਪੜ੍ਹਾਉਂਦਾ ਹੈ ਤੇ ਆਪਕ ਉਹਦੀ ਦਿੱਖ ਕਿਹੋ ਜੀ ਹੈ ਉਹ ਕਿਹੋ ਜਾਂ ਇਨਸਾਨ ਹੈ ਸਾਡੇ ਜਿਹੜੇ ਟੀਚਰ ਨੇ ਪੰਥਕ ਟੀਚਰ ਨੇ ਜਿਹੜੇ ਉਹ ਨੇ ਸ੍ਰੀ ਕਾਲ ਤਖਤ ਸਾਹਿਬ ਦਾ ਜਹੇਦਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਉੱਥੋਂ ਵਾਲਾ ਸਾਰਾ ਸਿਸਟਮ ਜਿਹੜੇ ਅਸੀਂ ਲੋਕਾਂ ਅਸੀਂ ਆਪਣੇ ਮਤਵਕ ਕੌਮ ਤੇ ਪੰਥ ਦੀ ਸੇਵਾ ਕਰਦੇ ਆ ਇਸ ਕਰਕੇ ਅੱਜ ਤੱਕ ਮਾ ਚਾਰਾਂ ਨੂੰ ਕਿਉਂ ਕਿਹਾ ਵੀ ਚਾਰੇ ਕਟਾਇਰੇ ਚ ਖੜੇ ਲੋਕਾਂ ਦੇ ਉਹ ਮੈਂ ਕਿਹਾ ਹੀ ਇਸ ਕਰਕੇ ਆ ਕਿ ਕਿਸੇ ਨੇ ਵੀ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਸੀਰੀਅਸ ਨਹੀਂ ਲਿਆ ਜੇ ਸੀਰੀਅਸ ਲੈਂਦੇ ਇੱਕ ਮਸਾਲੀ ਤੌਰ ਤੇ ਵਿਧਾਨ ਸਭਾ ਚ ਬਿੱਲ ਪਾਸ ਹੁੰਦਾ ਵੀ ਜਿਹੜਾ ਵੀ ਬੇਅਦਬੀ ਕਰਦਾ ਫਸ ਗਿਆ ਉਹਨੂੰ ਫਾਂਸੀ ਦੀ ਸਜ਼ਾ ਹੋਊਗੀ ਇਹ ਕਾਨੂੰਨ ਬਣਦਾ ਦੱਸੋ ਬਣਿਆ ਇਥੇ ਕਾਤਲ ਹੋ ਜਾਂਦੇ ਨੇ ਹੋਰ ਹੋ ਜਾਂਦੇ ਮੈਂ ਐਵੇਂ ਕਿਸੇ ਦੀ ਵੀ ਮੌਤ ਹੋਣ ਤੇ ਮੈਂ ਹੱਕ ਚ ਨਹੀਂ ਪਰ ਉਹਦੇ ਲਈ ਤਾਂ ਅਸੀਂ ਦੇਖਿਆ ਬੱਚੇ ਮਾਰਨ ਵਾਲੇ ਬੀਬੀਆਂ ਮਾਰਨ ਵਾਲੇ ਉਹਨਾਂ ਨੂੰ ਫਾਂਸੀ ਤੇ ਲੰਕਾਇਆ ਜਾ ਰਿਹਾ ਉਹ ਯਾਰੇ ਮਾਨਵਤਾ ਦਾ ਗੁਰੂ ਹੈ ਸਾਰਿਆਂ ਦਾ ਸਾਂਝਾ ਗੁਰੂ ਹੈ ਇਹਦੇ ਲਈ ਜੇ ਮਸਾਲੀ ਸਜ਼ਾ ਵੀ ਨਹੀਂ ਹੈ ਉਹ 195 ਲਾਉਂਦੇ ਨੇ ਧਾਰਾ ਲਾ ਕੇ ਉਹ ਤਾਂ ਅਸੀਂ ਅਸੀਂ ਬਥੇਰੇ ਅੰਦਰ ਕਰਾਏ ਨੇ ਬਈ ਆਦਮੀ ਵਾਲੇ ਜਿਹੜੇ ਮੌਕੇ ਤੇ ਫੜੇ ਜਾਂਦੇ ਨੇ ਉਹਨਾਂ ਨੂੰ ਜਿਵੇਂ ਤੁਸੀਂ ਆਪਣੀ ਆਪੇ ਕਹੇਤਾ ਕਿ ਕਿਸੇ ਨੂੰ ਮਾਨਸਿਕ ਤੌਰ ਤੇ ਕਿਸੇ ਨੂੰ ਕਰਕੇ ਪੁਲਿਸ ਉਹਨੂੰ ਤੋੜਦੀ ਹੈ ਜੇ ਕੋਈ ਅੰਦਰ ਅਸੀਂ ਜਿਆਦਾ ਦਬਾਅ ਪਾ ਦਈਏ ਚੱਲਿਆ ਵੀ ਜਾਂਦਾ ਹੈ ਉਹ ਉਹ ਮਹੀਨਾ ਦੋ ਮਹੀਨੇ ਅੰਦਰ ਰਹਿੰਦਾ ਚੰਪ ਚ ਵੀ ਤੇ ਬਾਹਰ ਆ ਜਾਂਦਾ ਇਹ ਜਿੰਨੀ ਧੀਰ ਸਾਡੀ ਪਾਰਲੀਮੈਂਟ ਵਿਧਾਨ ਸਭਾ ਅਸੀਂ ਸਾਰੇ ਗੁਰੂ ਨੂੰ ਇਮਾਨਦਾਰੀ ਨਾਲ ਪਿਆਰ ਕਰਕੇ ਕਾਨੂੰਨ ਨਹੀਂ ਟੱਕੜਾ ਬਣਾਉਂਦੇ ਬੇਅਦਮੀਆਂ ਰੋਕਣੀਆਂ ਨਹੀਂ ਹੈ ਕੋਈ ਮਾਨਸਿਕ ਨਹੀਂ ਉਹ ਆਪਣੀ ਮਾਂ ਭੈਣ ਨੂੰ ਕਿ ਉਹ ਨਹੀਂ ਕੁਝ ਕਹਿੰਦਾ ਉਹ ਉਹ ਗੁਰੂਏ ਉਹਨੂੰ ਕਿਵੇਂ ਦਿਂਦਾ ਜਾ ਕੇ ਗੁਰੂ ਦੀ ਬੇਅਦਬੀ ਕਿਵੇਂ ਕਰਦਾ ਹੈ ਜੇ ਤਾਂ ਉਹ ਕੱਪੜੇ ਪਾ ਕੇ ਆਪਣੇ ਸਾਰੇ ਪਰਿਵਾਰ ਚ ਫਿਰਦਾ ਹੈ ਵੀ ਉਹਨੇ ਕੱਪੜੇ ਪਾੜ ਲਏ ਜੀ ਨੰਗਾ ਹੋ ਕੇ ਤੁਰਿਆ ਫਿਰਦਾ ਪਿੰਡ ਚ ਗੇੜਾ ਦਿੰਦਾ ਮੰਨ ਲੈਣਿਆ ਵੀ ਕਾਮਲਾ ਹੈ ਪਰ ਜੇ ਚੰਗਾ ਭਲਾ ਜੀ ਬੇਅਦਬੀ ਕਰਨ ਤੋਂ ਪਹਿਲਾਂ ਆਹ ਜਿਹੜੀਆਂ ਹੁਣ ਹੋਈਆਂ ਨੇ ਮਕੇਰੀਏ ਮਕੇਰੀਆਂ ਨੇੜੇ ਸਨਾਵਰ ਉਹ ਬਲੇਡ ਲੈ ਕੇ ਗਿਆ ਬਲੇਡ ਨਾਲ ਗੁਰੂ ਗ੍ਰੰਥ ਸਾਹਿਬ ਦੇ ਅੰਗ ਕੱਟ ਰਿਆ ਕੋਈ ਗੁਟਕਾ ਸਾਹਿਬ ਨੂੰ ਖੰਡਾਈ ਜਾ ਰਿਹਾ ਹੈ ਇਹ ਉੱਥੇ ਦਿਮਾਗ ਵੀ ਚੱਲਦਾ ਹੈ ਕਾਮਲਾ ਬੰਦੇ ਤਾਂ ਉਹ ਹੁੰਦਾ ਵੀ ਭਾਈ ਜਿਹੜਾ ਰਾਹ ਚ ਮਿਲ ਗਿਆ ਕਿਸੇ ਨੇ ਉਹ ਦੱਸਿਆ ਉਹਦਾ ਕਾਮਲੇ ਲਈ ਸਿਰ 파ੜ ਤੱਕ ਇਤੇ ਕੁਝ ਕਰਤਾ ਇਹ ਗੱਲ ਤਾਂ ਹੈ ਨਹੀਂ ਪਰ ਅਸੀਂ ਗੁਰੂ ਨੂੰ ਗੁਰੂ ਮੰਨਣੋਂ ਹਟ ਗਿਆਂ ਜੀ ਦੇ ਕਰਕੇ ਤੁਸੀਂ ਕਹੇ ਜਿਵੇਂ ਵੀ ਹੁਣ ਲੋਕ ਤੁਸੀਂ ਦੱਸੋ ਜੇ ਰੋਜ਼ ਇਹ ਕੰਮ ਹੋਈ ਜਾਊਗਾ ਕਿੰਨੀ ਕੁ ਦਿਨ ਸੰਘਰਸ਼ ਕਰਨਗੇ ਲੋਕ ਲੋਕਾਂ ਨੇ ਰੋਟੀ ਵੀ ਖਾਣੀ ਹੈ ਮੰਗਿਆਈ ਦਾ ਯੁੱਗ ਹੈ ਲੋਕ ਕਿੱਥੇ ਕਿੱਥੇ ਸੜਕਾਂ ਤੇ ਸਾਡੇ ਨਾਲ ਬੈਠੀ ਆਣ ਪਰ ਫੇਰ ਵੀ ਅੱਜ ਵੀ ਜਿਹੜੇ ਗੁਰੂ ਨੂੰ ਪਿਆਰ ਕਰਦੇ ਨੇ ਉਹ ਲੜਾਈ ਲੜਦੇ ਨੇ ਲੜਦੇ ਹੀ ਠੀਕ ਹੈ ਸੋਲੀ ਸਾਹਿਬ ਬਹੁਤ-ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਹੁਤ-ਬਹੁਤ ਧੰਨਵਾਦ ਜੀ ਸੋ ਇਸ ਸੰ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਸੁਤੰਤਰਤਾ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਹੋਲੀ ਜਿਨ੍ਹਾਂ ਨੇ ਮੌਜੂਦਾ ਸਿਆਸੀ ਸਾਮੀਕਰਨਾ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਸੋ ਧੰਨਵਾਦ